ਤੇ ਗਾਂ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਪਰਸ ਰਹੇ ਹੋ ਦਰਸ ਪਰਸ ਕੀਨੋ ਗੁਰੂ ਗ੍ਰੰਥ ਮਹਾਰਾਜ ਜੂਕੇ ਪਾਪ ਜਨਮਾਂਤਰ ਕੇ ਪੁਨਰੂਪ ਧਾਰਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਰਸ ਕੇ ਜਨਮ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਪੁੰਨਾ ਵਿੱਚ ਤਬਦੀਲ ਹੋ ਜਾਂਦੇ ਹਨ ਤੌਲੋ ਹੀਏ ਧੀਰਜੁ ਪਰਮਾਨ ਕੇ ਬਸੇ ਰੋਕੀਨ ਜਵਲੋ ਮਿਰਗ ਨੈਨੀ ਨਾ ਕਟਾਛ ਬਾਨ ਮਾਰਿਓ ਹੈ ਤੌਲੋ तम तोम ਹੈ ਘਨੇਰੋ ਨੀਚ ਜਗ ਬਿਖੈ ਜਵਲੋ ਮਾਰ ਤੰਡ ਨਾ ਪ੍ਰਕਾਸ਼ ਕੋ ਬਿਥਾਰਿਓ ਹੈ ਤੌਲੋ ਦੀਨ ਦਾਰਦ ਸੋ ਦੀਨਤਾ ਦਿਖਾਈ ਦੇਤ ਜਵਲੋ ਦੇਵ ਤਰ ਕੇ ਸਮੀਪ ਨਾ ਪਧਾਰਿਓ ਹੈ ਤੌ ਲੋ ਹੀਏ ਪੀਨ ਪਾਪਨ ਕੇ ਛੁੰਡਨ ਕੇ ਝੁੰਡ ਗਾਜੈਂ ਜਉ ਲੋ ਗੁਰੂ ਗ੍ਰੰਥ ਮਹਾਰਾਜ ਨਾ ਨਿਹਾਰਿਓ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਬਿਨਾ ਹਿਰਦੇ ਚ ਪਾਪ ਕਰਮ ਬਲੀ ਹੋ ਕੇ ਗਜਦੇ ਹਨ ਸੂਰਗ ਦੇ ਚੜਦਿਆਂ ਜਿਵੇਂ ਹਨੇਰਾ ਦੂਰ ਹੋ ਜਾਂਦਾ ਤਿਵੇਂ ਸਤਿਗੁਰਾਂ ਦੇ ਦਰਸ਼ਨ ਕਰਦਿਆਂ ਪਾਪ ਕਰਮ ਦੂਰ ਹੋ ਜਾਂਦੇ ਹਨ ऐसे दिन दयाल सतगुरु गुरु, गुरु ग्रंथ साहिब जी दी पवित्र हुजूरी ਵਿੱਚ ਨਤਮਸਤਕ ਹੋ ਕੇ ਨੇਤਾ ਪ੍ਰਤੀ ਜੁੜ ਕੇ ਪਹਿਲੇ ਪਾਤਸ਼ਾਹ ਧੰਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਨਮ ਸਾਖੀ ਦੀ ਚਲ ਰਹੀ ਲੜੀਵਾਰ ਕਥਾ ਬਹੁਤ ਹੀ ادب ਸਤਕਾਰ ਸਰਦਾ ਭਾਵਨਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ ਸਤगुरु ਗਰੀਬ ਨਿਵਾਜ ਜੀ ਅਯੁੱਧਿਆ ਆਦਿਕ ਨਗਰਾਂ ਨੂੰ ਪਵਿੱਤਰ ਕਰਦਿਆਂ ਵਾਰਾਣਸੀ ਬਨਾਰਸ ਪਹੁੰਚੇ ਹਨ ਕਾਸ਼ੀ ਇੱਥੋਂ ਦੇ ਬੜੇ-ਬੜੇ ਵਿਦਵਾਨ ਪੰਡਤ ਪੜ੍ਹੇ ਲਿਖੇ ਪੰਡਤ ਸਤਿਗੁਰਾਂ ਦੀ ਆਮਦ ਸੁਣ ਕੇ ਮਹਾਰਾਜ ਜੀ ਦੇ ਚਰਨਾਂ ਚਾਏ ਹਨ ਗਰੀਬਨਵਾਜ਼ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕੀਤੇ ਹਨ ਬੜੇ ਸਰਲ ਹਿਰਦੇ ਨਨ ਗੁਰਦੇਵ ਨੂੰ ਬੇਨਤੀ ਕਰਦੇ ਆ ਕਹਿਣ ਲੱਗੇ ਮਹਾਰਾਜ ਅਸੀਂ ਵੇਦ ਸ਼ਾਸਤਰ ਆਦਿਕ ਪੜ੍ਹਦੇ ਹਾਂ ਵਿਦਵਾਨ ਹਾਂ ਪਰ ਮਹਾਰਾਜ ਜੀ ਸਾਡੇ ਆ ਮਨਾਂ ਨੂੰ ਸ਼ਾਂਤੀ ਨਹੀਂ ਮਿਲਦੀ ਮਹਾਰਾਜ ਜੀ ਕਹਿਣ ਲੱਗੇ ਜਦੋਂ ਹਿਰਦੇ ਚ ਖੋਟ ਰੱਖ ਕੇ ਪੇਸ਼ਿਆਂ ਦੀ ਵਾਸਨਾ ਰੱਖ ਕੇ ਲੋਕ ਵਿਖਾਵੇ ਵਾਸਤੇ ਪੜੋਗੇ ਤਾਂ ਮਨ ਨੂੰ ਸ਼ਾਂਤੀ ਨਹੀਂ ਮਿਲੇਗੀ ਸਤਗੁਰੂ ਜੀ ਨੇ ਸ੍ਰੀ ਰਾਗ ਵਿੱਚ ਸ਼ਬਦ ਉਚਾਰਨ ਕੀਤਾ ਲਭ ਕੁੱਤਾ ਕੂੜ ਚੂਹੜਾ ਠੱਗ ਖਾਦਾ ਮਰਦਾਰ ਇਹ ਪਾਵਨ ਸ਼ਬਦ ਉਚਾਰਨ ਕਰਕੇ ਮਹਾਰਾਜ ਜੀ ਨੇ ਉਪਦੇਸ਼ ਪੱਖਸ਼ ਕੇ ਨਵਾਜਿਆ ਉਦਾਹਰਣ ਦਿੱਤੀ ਦੋ ਪ੍ਰਕਾਰ ਦੀ ਸ਼ਾਸਤਰ ਵਿਦਿਆ ਸਿੱਖਦੇ ਨੇ ਲੋਕ ਇੱਕ ਹੁੰਦੇ ਨੇ ਪਟੇ ਬਾਜੀ ਦੀ ਵਿਦਿਆ ਸਿੱਖਣ ਵਾਲੇ ਜਿਹੜੇ ਕੇਵਲ ਪ੍ਰਦਰਸ਼ਨ ਕਰਦੇ ਆ ਇੱਕ ਹੁੰਦੇ ਆ ਜਿਹੜੇ ਜੰਗ ਦੇ ਮੈਦਾਨ ਵਿੱਚ ਲੜਦੇ ਆ ਜਿਹੜੇ ਜੰਗ ਦੇ ਮੈਦਾਨ 'ਚ ਲੜਦੇ ਨੇ ਉਹ ਦੁਸ਼ਮਣ ਨੂੰ ਮਾਰਦੇ ਨੇ ਔਰ ਉਹਨਾਂ ਵੱਲੋਂ ਚਲਾਏ ਸ਼ਸਤਰਾਂ ਨੂੰ ਆਪਣੇ ਤਨ ਤੇ ਚੱਲਦੇ ਜਿਹੜਾ ਕੇਵਲ ਵਿਖਾਵਾ ਕਰਦਾ ਉਹ ਕੇਵਲ ਆਪਣੇ ਸਰੀਰ ਨੂੰ ਬਚਾ ਕੇ ਸ਼ਸਤਰ ਚਲਾਉਂਦਾ ਪਰ ਉਹਦਾ ਕੋਈ ਲਾਭ ਨਹੀਂ ਇਸੇ ਤਰ੍ਹਾਂ ਜਿਹੜੇ ਵਿਦਿਆ ਪੜ ਕੇ ਕੇਵਲ ਵਿਖਾਵੇ ਵਾਸਤੇ ਉਸ ਵਿਦਿਆ ਦੀ ਵਰਤੋਂ ਕਰਦੇ ਉਹਨਾਂ ਨੂੰ ਲਾਭ ਨਹੀਂ ਉਹਨਾਂ ਦੇ ਮਨ ਸ਼ਾਂਤ ਨਹੀਂ ਹੁੰਦੇ ਜਿਹੜੇ ਵਿਦਿਆ ਨੂੰ ਪੜ ਕੇ ਵਿਸ਼ਿਆ ਵਿਕਾਰਾਂ ਦੀ ਬਿਰਤੀ ਨੂੰ ਮਾਰ ਕੇ ਜੰਗ ਦੇ ਮੈਦਾਨ 'ਚ ਜੂਝਦਿਆਂ ਹੋਇਆਂ ਉਸ ਗਿਆਨ ਖੜਗ ਨਾਲ ਲੜਦੇ ਹਨ ਉਹਨਾਂ ਦੀ ਪੜੀ ਹੋਈ ਵਿਦਿਆ ਸਫਲ ਹੁੰਦੀ ਉਹਨਾਂ ਦੇ ਮਨ ਸ਼ਾਂਤ ਹੁੰਦੇ ਆ ਵਿਕਾਰ ਮਰ ਕੇ ਨਸ਼ਟ ਪ੍ਰਸ਼ਟ ਹੁੰਦੇ ਆ ਇਹ ਉਦਾਹਰਨਾਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਰਹੇ ਨੇ ਇੱਕ ਉਦਾਹਰਨ ਦੇ ਕੇ ਦੂਸਰੀ ਉਦਾਹਰਨ ਦੇ ਰਹੇ ਨੇ ਕਿ ਤੁਹਾਡੇ ਮਨ ਸ਼ਾਂਤ ਕਿਉਂ ਨਹੀਂ ਹੁੰਦੇ ਉਹਦਾ ਕਾਰਨ ਸੁਣੋ ਉਹਦੇ ਲਈ ਦ੍ਰਿਸ਼ਟਾਂਤ ਸੁਣੋ ਜੋ ਦ੍ਰਿਸ਼ਟਾਂਤ ਮਹਾਰਾਜ ਗੁਰੂ ਬਾਬਾ ਜੀ ਸਰਵਣ ਕਰਾ ਰਹੇ ਨੇ ਆਓ ਮਨ ਵਿਰਤੀਆਂ ਇਕਾਗਰ ਕਰਕੇ ਸਰਵਣ ਕਰਿਏ ਕੇਵਲ ਪੜ੍ਹਨੇ ਮਾਤਰ ਨਾਲ ਗੱਲ ਨਹੀਂ ਬਣਨੀ ਪੜਿਆ ਨਹੀਂ ਭੇਦ ਬੁਝਿਆ ਪਾਵਣਾ ਕੇਵਲ ਪੜਨ ਮਾਤਰ ਨਾਲ ਗੱਲ ਨਹੀਂ ਬਣਦੀ ਜਦੋਂ ਤੱਕ ਬੁੱਝਦੇ ਨਹੀਂ ਹਾਂ ਤੇ ਜੇ ਕੇਵਲ ਪੜਨ ਲਿਖਣ ਦੇ ਵਿੱਚ ਸੁਰਤ ਹੈ ਤੇ ਨਿਰੰਕਾਰ ਦੇ ਭਜਨ ਦੇ ਵਿੱਚ ਸੁਰਤ ਨਹੀਂ ਜੁੜੀ ਤਾਂ ਮਹਾਰਾਜ ਜੀ ਨੇ ਬੜੇ ਸਪਸ਼ਟ ਲਫ਼ਜ਼ਾਂ ਚੱਕਿਆ ਕਿਆ ਪੜਿਆ ਕਿਆ ਗੁਨੀ ਹੈ ਕਿਆ ਵੇਦ ਪੁਰਾਨਾ ਸੁਨਿਆ ਪੜ੍ਹੇ ਸੁਨੇ ਕਿਆ ਹੋਈ ਜੋ ਸਹਜ ਨਾ ਮਿਲੇ ਉਸੋਈ ਹਰ ਕਾ ਨਾਮ ਨਾ ਜਪਸ ਗਵਾਰਾ ਕਿਆ ਸੋਚ ਹੈ ਬਾਰੰਗ ਬਾਰ ਪਰ ਨਾਲੇ ਵੀ ਕਿਹਾਂ ਅੰਧਿਆਰੇ ਦੀਪਕ ਚਈਏ ਇੱਕ ਬਸਤ ਅਗੋਚਰ ਲਈਏ ਬਸਤ ਅਗੋਚਰ ਪਾਈ ਘਟ ਦੀਪਕ ਰਹਾ ਸਮਾਈ ਗਿਆਨ ਚਾਹੀਦਾ ਹੈ ਅਗਿਆਨ ਦੀ ਨਿਰਵਿਰਤੀ ਵਾਸਤੇ ਪਰ ਕੇਵਲ ਪੜ੍ਹ ਲਿਖਣ ਦੇ ਵਿੱਚ ਧਿਆਨ ਹੈ ਪਰ ਉਹਨੂੰ ਕਮਾਇਆ ਨਹੀਂ ਜੋ ਪੜਿਆ ਹੈ ਤਾਂ ਫਿਰ ਗੱਲ ਨਹੀਂ ਬਣਨੀ ਪਾਤਸ਼ਾਹ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਦੀ ਗੱਲ ਕਰਦੇ ਹਨ ਆਉ ਮਨ ਬਿਰਤੀਆਂ ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੋੜੀਏ ਮੈਂ ਇੱਕ ਛੋਟੀ ਜੀ ਉਦਾਹਰਣ ਹੋਰ ਦੇ ਦਿਆਂ ਤਿੰਨ ਜਣੇ ਸਨ ਵਿਦਿਆ ਹਾਸਲ ਕੀਤੀ ਤਿੰਨਾਂ ਨੇ ਜੰਗਲ 'ਚ ਟੁਰੇ ਜਾਂਦੇ ਸੀ ਹੱਡ ਪਏ ਸੀ ਸ਼ੇਰ ਦੇ ਕਿਸੇ ਦੇ ਮਰਿਆ ਹੋਇਆ ਸ਼ੇਰ ਸੀ ਹੱਡੀਆਂ ਉਹਦੀਆਂ ਪਈਆਂ ਹੋਈਆਂ ਇੱਕ ਨੂੰ ਵਿਦਿਆ ਆਉਂਦੀ ਸੀ ਕਿ ਹੱਡੀਆਂ ਦਾ ਸਾਰਾ ਢਾਂਚਾ ਬਣਾ ਲੈਂਦਾ ਸੀ ਜਿਹੜਾ ਸ਼ੇਰ ਦੇ ਸਰੀਰ ਦਾ ਢਾਂਚਾ ਹੁੰਦਾ ਉਹ ਤਿਆਰ ਕਰ ਲੈਂਦਾ ਸੀ ਉਹਨੇ ਹੱਡੀਆਂ ਦਾ ਢਾਂਚਾ ਤਿਆਰ ਕਰ ਦਿੰਦਾ ਦੂਜੇ ਨੂੰ ਵਿਦਿਆ ਹੁੰਦੀ ਸੀ ਉਹਦੇ ਤੇ ਚਮੜਾ ਆਦਕ ਬਣਾ ਦਿੰਦਾ ਸੀ ਉਹਨੇ ਹੱਡੀਆਂ ਦੇ ਢਾਂਚੇ ਦੇ ਉੱਤੇ ਸਾਰਾ ਚਮੜਾ ਆਦਕ ਤਿਆਰ ਕਰਕੇ ਬਣਾ ਦਿੰਦਾ ਤੀਜੇ ਨੂੰ ਵਿਦਿਆ ਆਉਂਦੀ ਸੀ ਵਿੱਚ ਜਾਨ ਪਾ ਦਿੰਦਾ ਸੀ ਤੀਜੇ ਨੇ ਉਸ ਸ਼ੇਰ ਦੇ ਵਿੱਚ ਜਾਨ ਪਾ ਦਿੱਤੀ ਤੇ ਸ਼ੇਰ ਨੇ ਜ਼ਿੰਦਾ ਹੋ ਕੇ ਤਿੰਨਾਂ ਨੂੰ ਹੀ ਧਰ ਦਬੋਚਿਆ ਤੇ ਮਾਰ ਕੇ ਤਿੰਨਾਂ ਨੂੰ ਆਪਣੀ ਖੁਰਾਕ ਬਣਾ ਲਿਆ ਇਸੇ ਪ੍ਰਕਾਰ ਜੇ ਕੇਵਲ ਬਾਹਰ ਦੀ ਵਿਦਿਆ ਆਉਂਦੀ ਹੈ ਉਸ ਵਿਦਿਆ ਨਾਲ ਸੋਚਿਆ ਨਹੀਂ ਵੀ ਮੈਂ ਇਹਦੇ ਨਾਲ ਲਾਹਾ ਕੀ ਕਰਨਾ ਹੈ ਇਹ ਕਿਸ ਵਾਸਤੇ ਹੈ ਇਹਦਾ ਪ੍ਰਯੋਜਨ ਕੀ ਹੈ ਤਾਂ ਫਿਰ ਉਹੀ ਪੜੀ ਹੋਈ ਵਿੱਦਿਆ ਮਨੁੱਖ ਦੇ ਹਿਰਦੇ 'ਚ ਹੰਕਾਰ ਦਾ ਕਾਰਨ ਬਣਦੀ ਹੈ ਔਰ ਉਹੀ ਹੰਕਾਰ ਇਸ ਮਨੁੱਖ ਨੂੰ ਮਾਰ ਕੇ ਮਿੱਟੀ 'ਚ ਗਰਕ ਕਰ ਦਿੰਦਾ ਹੈ। ਤਾਂ ਵਿੱਦਿਆ ਇੱਕ ਐਸੀ ਮਣੀ ਹੈ ਦੋ ਪ੍ਰਕਾਰ ਦੇ ਸੱਪ ਹੁੰਦੇ ਐ ਇੱਕ ਸੱਪ ਨੂੰ ਵਿੱਦਿਆ ਮਣੀ ਮਿਲੇ ਤਾਂ ਉਹ ਮਸੀਹ ਦੀ ਰਾਤ ਨੂੰ ਉਸ ਮਣੀ ਦਾ ਪ੍ਰਕਾਸ਼ ਕਰਦਾ ਹੈ। ਉਸ ਮਣੀ ਦੇ ਪ੍ਰਕਾਸ਼ ਵਿੱਚ ਕਿਰਮ ਆਉਂਦੇ ਨੇ ਕੀੜੇ ਆਉਂਦੇ ਨੇ ਤੇ ਉਹਨਾਂ ਨੂੰ ਖਾ ਕੇ ਠੱਡ ਪਰਦਾ। ਉਸੇ ਤਰ੍ਹਾਂ ਦੀ ਬਿਲਕੁਲ ਇੱਕ ਮਣੀ ਦੂਸਰੇ ਸੱਪ ਕੋਲ ਹੁੰਦੀ ਹੈ। ਉਸ ਮਣੀ ਨੂੰ ਪੂਰਨ ਮਾਸ਼ੀ ਦੀ ਰਾਤ ਨੂੰ ਬਾਹਰ ਕੱਢ ਕੇ ਰੱਖਦਾ ਹੈ। ਉਹਦੇ ਵਿੱਚ ਜਦੋਂ ਚੰਦਰਮਾ ਦੀਆਂ ਕਿਰਨਾਂ ਪੈਂਦੀਆਂ ਨੇ ਤੇ ਅੰਮ੍ਰਿਤ ਪੈਦਾ ਹੁੰਦਾ ਤੇ ਉਸ ਅੰਮ੍ਰਿਤ ਨੂੰ ਪੀ ਕੇ ਆਪਣੀ ਜ਼ਹਿਰ ਨੂੰ ਸ਼ਾਂਤ ਕਰਦਾ। ਮਣੀ ਦੋਨਾਂ ਕੋਲ ਇੱਕੋ ਜੀ ਹੈ ਇੱਕ ਕੀੜੇ ਖਾਣ ਲਈ ਵਰਤਦਾ ਹੈ ਇੱਕ ਅੰਮ੍ਰਿਤ ਖਾਣ ਲਈ ਵਿਦਿਆ ਮਣੀ ਹੈ ਇੱਕ ਉਹਦਾ ਵਪਾਰ ਕਰਨ ਵਾਸਤੇ ਵਿਦਿਆ ਪੜ੍ਹ ਕੇ ਕੀੜੇ ਮਕੋੜੇ ਪਕੜਦਾ ਹੈ ਇੱਕ ਉਸ ਪੜ੍ਹੀ ਹੋਈ ਵਿਦਿਆ ਨਾਲ ਇਲਮ ਨਾਲ ਆਪਣੇ ਨਿਜਾਪੇ ਦੀ ਖੋਜ ਕਰਕੇ ਆਪਣੇ ਨਿਜ ਸਰੂਪ ਦੀ ਪੜਤਾਲ ਕਰਕੇ ਅੰਮ੍ਰਿਤ ਪਕੜਦਾ ਹੈ ਆਓ ਗੁਰੂ ਬਾਬਾ ਜੀ ਦੇ ਅੰਮ੍ਰਿਤ ਬੋਲ ਨੇ ਸਰਵਣ ਕਰੀਏ ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ ਰਸਨਾ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਨਿਤ ਪ੍ਰਤਿਛੇਦੀ ਸਨ ਮੁਖ ਹੋਈ ਜਿਹੜਾ ਸੂਰਮਾ ਹੁੰਦਾ ਨਾ ਉਹ ਜੰਗ ਦੇ ਮੈਦਾਨ 'ਚ ਨਿਤਾ ਪ੍ਰਤੀ ਬੈਰੀ ਨੂੰ ਮਾਰਦਾ ਹੈ ਆਪਣੀ ਸ਼ਸਤਰ ਵਿਦਿਆ ਦੇ ਨਾਲ ਸੂਰਨ ਕੀ ਵਿਦਿਆ ਹੈ ਸੋਈ ਉਹਨੂੰ ਸੂਰਮਿਆਂ ਦੀ ਵਿਦਿਆ ਕਹਿੰਦੇ ਹਨ ਇਸੇ ਤਰ੍ਹਾਂ ਜਿਹੜੇ ਵਿਦਿਆ ਪੜ੍ਹ ਕੇ ਉਸ ਵਿਦਿਆ ਨੂੰ ਵਿਚਾਰਦੇ ਹਨ ਆਪਣੇ ਨਿਜ ਸਰੂਪ ਦੀ ਖੋਜ ਕਰਦੇ ਨੇ ਉਹ ਸੂਰਮੇ ਹਨ ਪੁਨ ਇੱਕ ਔਰ ਸੁਨੋ ਦ੍ਰਿਸ਼ਟਾਂਤਾਂ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਦੇਤੇ ਇੱਕ ਹੋਰ ਦ੍ਰਿਸ਼ਟਾਂਤ ਤੁਹਾਨੂੰ ਦੱਸਦੇ ਆ ਉਹ ਸੁਣੋ ਜਿਸ ਪ੍ਰਕਾਰ ਤੁਮ ਹੋਈ ਨਾ ਸ਼ਾਂਤਾ ਕਿ ਤੁਹਾਡਾ ਮਨ ਸ਼ਾਂਤ ਕਿਉਂ ਨਹੀਂ ਹੁੰਦਾ ਤੁਸੀਂ ਇੰਨਾ ਪੜ੍ਹੇ ਲਿਖੇ ਹੋ ਇੰਨੇ ਵੇਦ ਸ਼ਾਸਤਰ ਰੋਜ਼ ਪੜ੍ਹਦੇ ਹੋ ਪੜ੍ਹਾਉਂਦੇ ਹੋ ਤੁਹਾਡਾ ਮਨ ਸ਼ਾਂਤ ਕਿਉਂ ਨਹੀਂ ਹੋਇਆ ਇਹਦੇ ਤੇ ਇੱਕ ਹੋਰ ਦਸਤਾੰਤ ਤੁਹਾਨੂੰ ਦੱਸਦਿਆਂ ਸੁਣੋ ਧਿਆਨ ਨਾਲ ਪੜਤੋ ਸ਼ਾਸਤਰ ਜਿਤੇ ਸੁ ਸ਼ਾਸਤਰ ਸਮਾਨਾ ਕਿ ਜਿੰਨੇ ਸ਼ਾਸਤਰ ਨੇ ਵੇਦ ਨੇ ਧਰਮ ਗ੍ਰੰਥ ਨੇ ਇਹ ਸ਼ਾਸਤਰਾਂ ਦੇ ਸਮਾਨ ਹਨ ਜਿਤਨੇ ਸ਼ਾਸਤਰ ਨੇ ਧਰਮ ਗ੍ਰੰਥ ਨੇ ਵੇਦ ਨੇ ਮਹਾਰਾਜ ਜੀ ਨੇ ਵੇਦਾਂ ਪੁਰਾਣਾਂ ਦੀ ਨਿੰਦਾ ਨਹੀਂ ਕੀਤੀ ਖਾਲਸਾ ਜੀ ਉਹਨਾਂ ਵਿੱਚ ਵੀ ਤਾਂ ਨਿਰੰਕਾਰ ਪਰਮੇਸ਼ਰ ਦੀਆਂ ਬਾਤਾਂ ਨੇ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗੱਲ ਹੀ ਹੋਛੀਆਂ ਮਹਾਰਾਜ ਜੀ ਕਹਿੰਦੇ ਭਾਈ ਉਹਨਾਂ ਦੇ ਵਿੱਚ ਵੀ ਤਾਂ ਪੁੱਛੋ ਜਦੋਂ ਮਹਾਰਾਜ ਜੀ ਕਹਿੰਦੇ ਆ ਪੁੱਛੋ ਬਵੇਕੀਆ ਜਾਏ ਜਾਂ ਕਹਿੰਦੇ ਆ ਭਾਈ ਵੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰਿਆ ਆਉਨਾ ਨੂੰ ਪੜ ਕੇ ਕੋਈ ਹੰਕਾਰੀ ਹੋਵੇ ਉਹਦਾ ਖੰਡਨ ਜ਼ਰੂਰ ਕੀਤਾ ਸਤਿਗੁਰਾਂ ਨੇ ਤੋਂ ਪਾਤਸ਼ਾਹ ਜੀ ਕਹਿਣ ਲੱਗੇ ਕਿ ਜਿਤਨੇ ਧਰਮ ਗ੍ਰੰਥ ਨੇ ਜਿਤਨੇ ਵੀ ਸ਼ਾਸਤਰ ਨੇ ਇਹ ਸਾਰੇ ਸ਼ਾਸਤਰਾਂ ਦੇ ਸਮਾਨ ਸਮਝ ਲਓ ਇਹ ਦ੍ਰਿਸ਼ਟਾਂਤ ਦੇ ਰਹੇ ਨੇ ਕਿ ਇਹ ਸਾਰੇ ਸ਼ਾਸਤਰਾਂ ਦੇ ਸਮਾਨ ਹਨ ਮਨ ਰੂਪੀ ਵੱਡ ਕੇ ਹਰ ਜਾਨਾ ਜਿਹੜਾ ਸਾਡਾ ਮਨ ਹੈ ਇਹ ਸ਼ੇਰ ਹੈ ਇਨੂੰ ਵੱਡਾ ਬਲੀ ਸ਼ੇਰ ਸਮਝ ਲਓ ਜੀ ਮਾਰੀ ਤਿੰਨ ਨਿਕਸੀ ਨਾਮੂ ਜਿਹੜਾ ਇਸ ਮਨ ਰੂਪੀ ਸ਼ੇਰ ਨੂੰ ਇਹਨਾਂ ਸ਼ਾਸਤਰਾਂ ਰੂਪੀ ਸ਼ਸਤਰ ਨਾਲ ਮਾਰ ਦਿੰਦਾ ਹੈ ਯਾਨੀ ਕਿ ਪੜੀ ਹੋਈ ਵਿਦਿਆ ਨਾਲ ਮਨ ਨੂੰ ਮਾਰ ਲੈਂਦਾ ਹੰਕਾਰ ਨੂੰ ਮਾਰ ਲੈਂਦਾ ਉਹਨਾਂ ਦਾ ਨਾਮ ਸੰਸਾਰ ਦੇ ਵਿੱਚ ਪ੍ਰਗਟ ਹੋ ਜਾਂਦਾ ਵੀ ਫਲਾਣੇ ਨੇ ਸ਼ੇਰ ਦਾ ਸ਼ਿਕਾਰ ਕੀਤਾ ਯਾਨੀ ਕਿ ਅਮਕੇ ਨੇ ਮਨ ਮਾਰ ਲਿਆ ਉਹਨਾਂ ਦਾ ਨਾਮ ਸੰਸਾਰ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ। ਪੜੋ ਸ਼ਸਤਰ ਤਾਰੀ ਅਬੀਰਾਮ ਉਹਨਾਂ ਨੂੰ ਬੜਾ ਵੱਡਾ ਸ਼ਸਤਰ ਧਾਰੀ ਕਹਿ ਕੇ ਸੰਸਾਰ ਦੇ ਵਿੱਚ ਬੁਲਾਇਆ ਜਾਂਦਾ ਵੀ ਫਲਾਣਾ ਬੜਾ ਸ਼ਸਤਰ ਧਾਰੀ ਹੈ। ਉਹਨੇ ਤਾਂ ਸ਼ੇਰ ਦਾ ਸ਼ਿਕਾਰ ਕਰਕੇ ਸ਼ੇਰ ਮਾਰ ਦਿੱਤਾ। ਇਸੇ ਤਰ੍ਹਾਂ ਜਿਹੜੇ ਸ਼ਾਸਤਰਾਂ ਨੂੰ ਪੜਿਆ ਹੋਇਆ ਵਿੱਦਿਆ ਦੇ ਨਾਲ ਆਪਣਾ ਮਨ ਮਾਰ ਲੈਂਦੇ ਨੇ, ਮਨ ਰੂਪੀ ਸ਼ੇਰ ਨੂੰ ਮਾਰ ਲੈਂਦੇ ਨੇ। ਉਹਨਾਂ ਦਾ ਵੀ ਨਾਂ ਸੰਸਾਰ ਦੇ ਵਿੱਚ ਸੂਰਮਿਆਂ ਦੀ ਕਤਾਰ 'ਚ ਗਿਣਿਆ ਜਾਂਦਾ ਹੈ ਕਵੀਨ ਜੀਤੀ ਸ਼ਾਸਤਰ ਬਣਾਏ ਜਿਹੜੇ ਸ਼ਾਸਤਰ ਬਣਾਏ ਗਏ ਨੇ ਵੀ ਮਹਾਪੁਰਸ਼ਾ ਰਿਸ਼ੀਆ ਮੁੰਨੀਆਂ ਤਪਸਵੀਆਂ ਨੇ ਬਣਾਏ ਹਨ ਤੇ ਉਹਨਾਂ ਕਵੀਆਂ ਵੱਲੋਂ ਰਿਸ਼ੀਆ ਮੁੰਨੀਆਂ ਤਪਸਵੀਆਂ ਵੱਲੋਂ ਜਿੰਨੇ ਸ਼ਾਸਤਰ ਬਣਾਏ ਗਏ ਘੜੇ ਲੋਹਾਰ ਸਮਾਨ ਸਦਾਈ ਉਹ ਇਸ ਤਰ੍ਹਾਂ ਸਮਝ ਲਓ ਕਿ ਜਿਵੇਂ ਕਿਸੇ ਲੋਹਾਰ ਨੇ ਘੜ ਕੇ ਸ਼ਾਸਤਰ ਬਣਾਏ ਉਹ ਸਾਰੇ ਹੋ ਗਏ ਲੋਹਾਰ ਜਿਨ੍ਹਾਂ ਨੇ ਘੜ ਘੜ ਕੇ ਸ਼ਸਤਰ ਤਿਆਰ ਕੀਤੇ ਯਾਨੀ ਕਿ ਇਹ ਜਿਹੜੇ ਸ਼ਾਸਤਰ ਨੇ ਸ਼ਸਤਰ ਨੇ ਇਹਨਾਂ ਨੂੰ ਬਣਾਉਣ ਵਾਲੇ ਲੋਹਾਰਾਂ ਦਾ ਕੰਮ ਕਰਨ ਵਾਲੇ ਨੇ ਜਿਹੜੇ ਇਹਨਾਂ ਦੇ ਉਚਾਰਨ ਕਰਤਾ ਨੇ ਹਾਂਜੀ ਜੀ ਪੰਡਿਤ ਤਿੰਨ ਟੀਕਾ ਕਾਰ ਫਿਰ ਜਿਹੜੇ ਪੰਡਤ ਉਹਨਾਂ ਸ਼ਾਸਤਰਾਂ ਦੇ ਟੀਕੇ ਕਰਦੇ ਉਹਨਾਂ ਸ਼ਾਸਤਰਾਂ ਦੀ ਅੱਗੇ ਵਿਆਖਿਆ ਕਰਦੇ ਹਨ ਸਿਕਲੀਗਰ ਸੇ ਲਿਓ ਵਿਚਾਰਾ ਉਹਨਾਂ ਨੂੰ ਇਉਂ ਸਮਝ ਲਓ ਵੀ ਉਹ ਸ਼ਿਗਲੀਗਰ ਨੇ ਸ਼ਿਗਲੀਗਰ ਸ਼ਾਸਤਰ ਬਣਾਉਂਦੇ ਆ ਨਾ ਲੋਹਾਰ ਲੋਹਾ ਬਣਾ ਦਿੰਦਾ ਉਸ ਲੋਹੇ ਦਾ ਫਿਰ ਅੱਗੇ ਜਿਹੜੇ ਹਥਿਆਰ ਬਣਾਣੇ ਹੁੰਦੇ ਉਹਨੂੰ ਸ਼ਿਗਲੀਗਰ ਬਣਾਉਂਦੇ ਆ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਸ਼ਿਗਲੀਗਰ ਪਰਿਵਾਰ ਜਿਹੜੇ ਸਾਨੂੰ ਮਹਾਰਾਜ ਜੀ ਦੇ ਸਮੇਂ ਸ਼ਾਸਤਰ ਬਣਾਉਣ ਦੀ ਸੇਵਾ ਨਿਭਾਉਂਦੇ ਭਾਈ ਰਾਮ ਸਿੰਘ ਜੀ ਦਾ ਜ਼ਿਕਰ ਆਉਂਦਾ ਹੈ ਕਲਗੀ ਤਰਪਾਤਸ਼ਾ ਜੀ ਮਹਾਰਾਜ ਜੀ ਦੇ ਸਾਹਮਣੇ ਉਹ ਸ਼ਸਤਰ ਬਣਾਉਣ ਦੀ ਸੇਵਾ ਕਰਦਾ ਸੀ ਸ਼ਿਗਲੀਗਰ ਸੀ ਸ਼ਸਤਰ ਬਣਾਉਣ ਦੀ ਸੇਵਾ ਜਿਹੜੀ ਸੀ ਉਹ ਗੁਰੂ ਘਰ ਦੇ ਵਿੱਚ ਸ਼ਿਗਲੀਗਰਾਂ ਨੇ ਲਈ ਹੈ ਆ ਗੋਬਿੰਦਗੜ ਜਿਹਨੂੰ ਲੋਹੇ ਦੀ ਮੰਡੀ ਹੋਣ ਦਾ ਮਾਣ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਬਖਸ਼ਿਆ ਸੀ ਮਹਾਰਾਜ ਸੱਚੇ ਪਾਤਸ਼ਾਹ 40 ਦਿਨ ਰਹੇ ਨੇ ਗੋਬਿੰਦਗੜ ਤੇ ਉੱਥੇ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ ਲੋਹਾ ਨਹੀਂ ਸੀ ਉੱਥੇ ਸ਼ਿਗਲੀਗਰ ਆਏ ਸੀ ਮਹਾਰਾਜ ਜੀ ਨੇ ਆਖਿਆ ਵੀ ਸ਼ਸਤਰ ਬਣਾਓ ਕਹਿੰਦੇ ਜੀ ਲੋਹਾ ਕੋਈ ਨਹੀਂ ਮਹਾਰਾਜ ਕਹਿੰਦੇ ਇੱਥੇ ਤਾਂ ਲੋਹੇ ਦੀ ਮੰਡੀ ਹੋਵੇਗੀ ਅੱਜ ਪੂਰੇ ਏਸ਼ੀਆ ਵਿੱਚ ਸਭ ਤੋਂ ਵੱਡੀ ਲੋਹੇ ਦੀ ਮੰਡੀ ਗੁਬਿੰਦਗੜ੍ਹ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਬਚਨਾਂ ਕਰਕੇ ਉਹ ਸ਼ਿਗਲੀਗਰਾਂ ਨੂੰ ਉੱਥੇ ਲੋਹਾ ਮਹਾਰਾਜ ਜੀ ਨੇ ਬਖਸ਼ਿਆ ਸ਼ਿਗਲੀਗਰ ਜਿਹੜੇ ਸਾਨੂੰ ਗੁਰੂ ਘਰ ਦੇ ਵਿੱਚ ਸ਼ਸਤਰ ਬਣਾਉਣ ਦੀ ਸੇਵਾ ਸ਼ਸਤਰਾਂ ਦੀ ਭਾਈ ਰਾਮ ਸਿੰਘ ਜੀ ਹੁਣ ਵੀ ਬਹੁਤ ਸਾਰੇ ਸ਼ਿਗਲੀਗਰ ਪਰਿਵਾਰ ਨੇ ਜਿਹੜੇ ਸ਼ਸਤਰਾਂ ਦੀ ਸੇਵਾ ਕਰਦੇ ਸ਼ਸਤਰ ਬਣਾਉਂਦੇ ਐ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਹੀਂ ਲੱਖਾਂ ਦੀ ਗਿਣਤੀ ਵਿੱਚ ਸ਼ਿਗਲੀਗਰ ਪਰਿਵਾਰ ਜਿਹੜੇ ਦਰ ਮਹਾਰਾਸ਼ਟਰ ਦੀ ਨਾਗਪੁਰ ਦੀ ਬੈਲਟ ਵਿੱਚ ਦਰ ਨਾਡੇੜ ਤੱਕ ਹਜੂਰ ਸਾਹਿਬ ਤੱਕ ਜਿਹੜੇ ਪਰਿਵਾਰ ਨੇ ਉਹ ਗੁਰੂ ਘਰ ਸੱਚੇ ਪਾਤਸ਼ਾਹ ਜੀ ਦੇ ਘਰ ਨੂੰ ਮੰਨਦੇ ਐ ਉਹ ਹਜ਼ਾਰਾਂ ਦੀ ਗਿਣਤੀ ਚ ਸ਼ਿਗਲੀਗਰ ਪਰਿਵਾਰ ਨੇ ਤੇ ਹੁਣ ਸਿੱਖ ਸੰਸਥਾਵਾਂ ਜਿਹੜੀਆਂ ਨੇ ਉਹਨਾ ਛਿਗਲੀਗਰ ਪਰਿਵਾਰਾਂ ਦੀ ਮਦਦ ਵਾਸਤੇ ਅੱਗੇ ਆ ਰਹੀਆਂ ਨੇ ਗਰੀਬੀ ਆ ਉਹਨਾਂ ਕੋਲ ਪਰ ਉਹਨਾਂ ਨੇ ਸਿੱਖੀ ਸੰਭੀ ਹੋਈ ਹੈ। ਸਾਬਤ ਸੂਰਤ ਨੇ ਕੇਸਾ ਧਾਰੀ ਨੇ ਕੇਸ ਕਤਲ ਨਹੀਂ ਕਰਾਉਂਦੇ। ਵਣਜਾਰੇ ਛਿਗਲੀਗਰ ਇਹ ਇਹ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਸੇਵਕ ਨੇ। ਅਸੀਂ ਕਹਿ ਦਿੰਦੇ ਆਂ ਵੀ ਸਾਡੀ ਗਿਣਤੀ 2.5 ਕਰੋੜ ਹੈ ਪਰ ਜਦੋਂ ਇਹਨਾਂ ਸਾਰਿਆਂ ਨੂੰ ਮਿਲਾ ਲਈਏ ਤਾ ਵਿਦਵਾਨ ਜਨ ਲੇਖਾ ਜੋਖਾ ਕਰਦੇ ਆਂ ਕਹਿੰਦੇ 10 ਕਰੋੜ ਤੋਂ ਵੀ ਵੱਧ ਗਿਣਤੀ ਬਣ ਜਾਂਦੀ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਾਗੀਚਾ ਸਿੱਖੀ ਦਾ ਇਤਨਾ ਵਿਸਥਾਰ ਵਾਲਾ ਹੈ। ਇਸ ਨੂੰ ਸੰਕੀਰਣ ਨਹੀਂ ਕਰਨਾ ਚਾਹੀਏ ਇਹਦਾ ਵਿਸਥਾਰ ਕਰਨਾ ਚਾਹੀਏ। ਤੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇੱਥੇ ਬਚਨ ਕਰ ਰਹੇ ਨੇ। ਮਹਾਰਾਜ ਜੀ ਕਹਿੰਦੇ ਜਿੰਨੇ ਸ਼ਾਸਤਰ ਨੂੰ ਉਚਾਰਨ ਕਰਨ ਵਾਲੇ ਜਿਹੜੇ ਕਵੀ ਨੇ ਉਹ ਤਾਂ ਹਨੇ ਲੋਹਾਰ ਜਿਨ੍ਹਾਂ ਨੇ ਲੋਹਾ ਤਿਆਰ ਕਰ ਦਿੱਤਾ। ਉਨਾ ਸ਼ਾਸਤਰਾਂ ਦੀ ਅੱਗੇ ਫਿਰ ਵਿਆਖਿਆ ਕੀਤੀ ਟੀਕੇ ਕੀਤੇ ਕਿਉਂਕਿ ਵੇਦ ਵ્યાਸ ਜੀ ਨੇ ਜਿਹੜੇ ਵੇਦ ਉਚਾਰਨ ਕੀਤੇ ਫਿਰ ਉਹਨਾਂ ਦਾ ਸ਼ੰਕਰ ਬਾਸ਼ਿਆ ਹੋਇਆ ਸ਼ੰਕਰਾਚਾਰਿਆ ਨੇ ਉਹਨਾਂ ਦੀ ਅੱਗੇ ਵਿਆਖਿਆ ਕੀਤੀ ਫਿਰ ਸ਼ੰਕਰ ਬਾਸ਼ਿਆ ਦੇ ਟੀਕੇ ਅੱਗੇ ਹੋਰ ਵਿਦਵਾਨਾਂ ਨੇ ਵੱਖੋ ਵੱਖਰੇ ਕੀਤੇ ਤੋਂ ਇਸ ਪ੍ਰਕਾਰ ਨਾਲ ਉਹ ਜਿਹੜੇ ਵਿਆਖਿਆ ਕਰਨ ਵਾਲੇ ਨੇ ਸ਼ਾਸਤਰਾਂ ਦੀ ਵਿਆਖਿਆ ਕਰਨ ਵਾਲੇ ਨੇ ਉਹ ਨੇ ਸ਼ਿਗਲੀ ਗਰ ਜਿਨ੍ਹਾਂ ਨੇ ਹਥਿਆਰ ਤਿਆਰ ਕੀਤੇ ਜਿਨ੍ਹਾਂ ਨੇ ਸ਼ਸਤਰ ਤਿਆਰ ਕੀਤੇ ਜਿਨ ਪੜ ਸੁਣ ਕੀਏ ਮਨ ਕਾ ਮਾਰਨ ਤੇ ਜਿਨ੍ਹਾਂ ਨੇ ਪੁਨ ਸ਼ਾਸਤਰਾਂ ਦੀ ਵਿਆਖਿਆ ਨੂੰ ਪੜ ਕੇ ਸੁਣ ਕੇ ਆਪਣੇ ਮਨਾਂ ਨੂੰ ਮਾਰਿਆ ਹੈ ਸੇ ਜੋਦਾ ਹਨ ਤੇ ਹਥਿਆਰਨ ਉਹ ਯੋਧੇ ਨੇ ਜਿਹੜੇ ਆਪਣੇ ਮਨ ਰੂਪੀ ਸ਼ਤਰੂ ਨੂੰ ਮਾਰ ਕੇ ਹਥਿਆਰਾਂ ਸਹਿਤ ਮਾਰ ਕੇ ਸੂਰਮੇ ਹੋ ਗਏ بڑے ਜੀਵਕਾ ਕਾਰਨ ਜੋ ਤੇ ਜਿਹੜੇ ਕੇਵਲ ਸ਼ਾਸਤਰਾਂ ਨੂੰ ਜੀਵਕਾ ਲਈ ਪੜ੍ਹਦੇ ਨੇ ਵੀ ਉਹ উপਜੀਵਕਾ ਚਲੋ ਇਹਨਾਂ ਨੂੰ ਪੜ੍ਹ ਸੁਣ ਕੇ ਲੋਕਾਂ ਦੇ ਕੋਲੋਂ ਮਾਇਆ ਇਕੱਠੀ ਕਰਕੇ ਆਪਣੀ ਰੋਜੀ ਰੋਟੀ ਚਲਾਉਣੀ ਹੈ ਜਿਹੜੇ ਕੇਵਲ ਇਹਨਾਂ ਸ਼ਾਸਤਰਾਂ ਨੂੰ ਉਪਜੀਵਕਾ ਵਾਸਤੇ ਰੋਟੀਆਂ ਕਾਰਨ ਪੂਰਾ ਤਾਲ ਦੀ ਗੱਲ ਕਰਦੇ ਹਨ ਪੀਚਨ ਹਾਰ ਸ਼ਸਤਰ ਸਮਸੂ ਉਹ ਨੇ ਸ਼ਸਤਰਾਂ ਨੂੰ ਵੇਚਣ ਵਾਲੇ ਵੀ ਉਹਨਾਂ ਨੇ ਬਣਾਏ ਸ਼ਸਤਰ ਜਿਵੇਂ ਸ਼ਿਗਲੀਗਰ ਸ਼ਸਤਰ ਬਣਾ ਕੇ ਵੇਚਦੇ ਹੀ ਆ ਨਾ ਉਹ ਵਰਤਦੇ ਨਹੀਂ ਜਿਨ੍ਹਾਂ ਨੇ ਵਰਤੇ ਉਹ ਸੂਰਮੇ ਹੋ ਗਏ ਤੇ ਜਿਨ੍ਹਾਂ ਨੇ ਕੇਵਲ ਤਾਂ ਕੇਵਲ ਵਪਾਰੀ ਕੀਤਾ ਪੜ ਪੜ ਲਿਖ ਕੇ ਸ਼ਸਤਰਾਂ ਦਾ ਰੋਜੀ ਵਾਸਤੇ ਉਪਜੀਵਕਾ ਵਾਸਤੇ ਉਹ ਕੇਵਲ ਸ਼ਸਤਰਾਂ ਨੂੰ ਵੇਚਣ ਵਾਲੇ ਹੋ ਗਏ ਸ਼ੇਰ ਰੂਪ ਮਨ ਜਿਸ ਨੇ ਮਾਰਾ ਉਹ ਫਿਰ ਆਪਣੇ ਮਨ ਰੂਪੀ ਸ਼ੇਰ ਨੂੰ ਨਹੀਂ ਮਾਰ ਸਕੇ ਪਰ ਜਿਨ੍ਹਾਂ ਨੇ ਨਾ ਸ਼ਸਤਰਾਂ ਨੂੰ ਚਲਾ ਕੇ ਯਾਨੀ ਕਿਸ ਪੜ੍ਹੀ ਹੋਈ ਵਿਦਿਆ ਨਾਲ ਆਪਣਾ ਮਨ ਮਾਰਿਆ ਮਨ ਰੂਪੀ ਸ਼ੇਰ ਨੂੰ ਮਾਰ ਕੇ ਕਾਬੂ ਕਰ ਲਿਆ ਬਿਥਰੇ ਨਾਮ ਤਹਾਂੇ ਦਿਸ਼ਚਾਰਾ ਉਹਨਾਂ ਦਾ ਨਾਮ ਪੂਰੇ ਸੰਸਾਰ ਵਿੱਚ ਚਾਰਾਂ ਦਿਸ਼ਾਵਾਂ ਵਿੱਚ ਪ੍ਰਗਟ ਹੋ ਜਾਂਦਾ ਉਹਨਾਂ ਦਾ ਨਾਮ ਸਾਰੇ ਸੰਸਾਰ ਵਿੱਚ ਪ੍ਰਗਟ ਹੋ ਜਾਂਦਾ ਹੈ। ਸ਼ਸਤਰ ਤਾਰਕੈ ਵਾਵਤ ਸੋ। ਉਹਨਾਂ ਨੂੰ ਫਿਰ ਸ਼ਸਤਰ ਧਾਰੀ ਸੂਰਮਾ ਕਹਿੰਦੇ ਆ ਸੰਸਾਰ 'ਚ। ਜਾਕੋ ਹਰ ਰੰਗ ਲਾਗੋ ਇਸ ਜੁਗਮ ਹੈ। ਸੋ ਕਹੀਅਤ ਹੈ। ਸੂਰਾ ਆਤਮ ਜਣੈ ਸਗਲ ਵਸ ਤਾਕੈ। ਜਾਕਾ ਸਤਗੁਰੁ ਪੂਰਾ ਫਿਰ ਉਹ ਸੂਰਮਾ ਬਣ ਕੇ ਸੰਸਾਰ ਚ ਪ੍ਰਗਟ ਹੁੰਦਾ ਹੈ ਪੂਰੇ ਨਾਮ ਅપર ਸਭ ਕੋ ਬਾਕੀ ਜਿਹੜੇ ਨਾਮ ਨੇ ਉਹ ਸਭ ਝੂਠੇ ਹਨ ਜਿਹੜੇ ਸ਼ਸਤਰ ਧਾਰੀ ਹੋ ਕੇ ਯਾਨੀ ਕਿ ਪੜ ਲਿਖ ਕੇ ਆਪਣਾ ਮਨ ਮਾਰ ਲੈਂਦੇ ਐ ਉਹ ਸੂਰਮੇ ਬਣ ਕੇ ਸੰਸਾਰ ਵਿੱਚ ਆਪਣਾ ਨਾਮ ਉਜਾਗਰ ਕਰਦੇ ਨੇ ਬਾਕੀ ਜਿਹੜਾ ਕੋਈ ਮਾੜਾ ਮੋਟਾ ਪੜ ਕੇ ਕੇਵਲ ਰੋਟੀਆਂ ਕਾਰਨ ਕਰਮ ਕਰ ਰਿਹਾ ਉਹਨਾਂ ਦੇ ਨਾਮ ਸੰਸਾਰ ਵਿੱਚ ਕੂੜੇ ਤੇ ਝੂਠੇ ਹਨ ਇਸ ਪ੍ਰਕਾਰ ਸੁਣ ਕਰ ਬਚਰਾਸੀ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਬਚਨ ਇਹਨਾਂ ਸਾਰੇ ਪੰਡਤਾਂ ਨੇ ਸੁਣੇ ਖਾਲਸਾ ਜੀ ਵਿਦਿਆ ਅੱਜ ਕੱਲ ਜਿਹੜੀ ਪੜੀ ਪੜਾਈ ਜਾਂਦੀ ਹੈ ਪੜਾਉਣ ਵਾਲੇ ਵੀ ਵਪਾਰ ਕਰ ਰਹੇ ਨੇ ਵੱਧ ਕੇ ਵਿਦਿਆ ਦਾ ਵਪਾਰ ਬਹੁਤ ਸਿਰੇ ਚੜ ਕੇ ਬੋਲ ਰਿਹਾ ਅੱਜ ਕੱਲ ਸਾਡੇ ਸਮਾਜ ਵਿੱਚ ਬੋਲਦੇ ਨੇ ਲੋਕ ਪਰ ਕੋਈ ਕਿਸੇ ਦੀ ਨਹੀਂ ਸੁਣਦਾ ਜਿੱਥੇ ਵਿਦਿਆ ਦਾ ਵਪਾਰ ਹੋਵੇ ਉਹ ਦੇਸ਼ ਕਦੇ ਵੀ ਸੰਸਾਰ ਦੇ ਉੱਤੇ ਤਰੱਕੀ ਨਹੀਂ ਕਰ ਸਕਦੇ ਜਿੱਥੇ ਕਿਸੇ ਆਮ ਸਧਾਰਨ ਵਿਅਕਤੀ ਦੇ ਹੱਥੋਂ ਵਿਦਿਆ ਬਹੁਤ ਦੂਰ ਚਲੀ ਜਾਏ ਉਹ ਦੇਸ਼ ਕੀ ਤਰੱਕੀ ਕਰੇ ਫਿਰ ਜਿਹੜੇ ਪੜਨ ਵਾਲੇ ਨੇ ਮਹਿੰਗੀ ਵਿਦਿਆ ਪੜਦੇ ਨੇ ਹੁਣ 2.5 ਕਰੋੜ ਰੁਪਇਆ ਦੇ ਕੇ ਡਾਕਟਰ ਜਦੋਂ ਡਾਕਟਰ ਦੀ ਡਿਗਰੀ ਲੈਂਦਾ ਤੇ ਸੁਭਾਵਕ ਹੈ ਉਹਨੇ ਅੱਗੇ ਜਾ ਕੇ ਆਪਣੇ ਉਸ ਪੈਸੇ ਨੂੰ ਪੂਰਿਆਂ ਕਰਨ ਵਾਸਤੇ ਕਈ ਟੇਢੇ ਮੇਢੇ ਤਰੀਕੇ ਅਪਣਾਉਣੇ ਹੀ ਨੇ ਇਹ ਤਾਂ ਸੁੱਤੇ ਸਿੱਧਾ ਸੁਭਾਵਕ ਹੀ ਹੈ ਤੋਂ ਜਦੋਂ ਵਿਦਿਆ ਵਪਾਰ ਬਣ ਜਾਏ ਫਿਰ ਉਹ ਸੰਸਾਰ ਲਈ ਸ਼ਰਾਪ ਹੋ ਜਾਂਦਾ ਹੈ ਉਹੀ ਵਿਦਿਆ ਫਿਰ ਸ਼ਰਾਪ ਰੂਪ ਹੀ ਹੋ ਗਈ ਬਹੁਤ ਸਾਰੇ ਵੀਰ ਵਿਦਿਆ ਕੇਵਲ ਵਪਾਰ ਲਈ ਪੜਦੇ ਆ ਗਿਆਨ ਵਾਸਤੇ ਨਹੀਂ ਪੜਦੇ ਕਿਸੇ ਪੜ੍ਹ ਕੇ ਸਕੂਲਾਂ ਦੇ ਵਿੱਚ ਬੱਚੇ ਪੜ੍ਹਦੇ ਆ ਇਸ ਕਰਕੇ ਪੜ੍ਹਦੇ ਆ ਵੀ ਪੜ੍ਹ ਕੇ ਨੌਕਰੀ ਕਰਾਂਗੇ ਇਸ ਲਈ ਨਹੀਂ ਪੜ੍ਹਦੇ ਕਿ ਇਸ ਪੜਨ ਤੋਂ ਬਾਅਦ ਸਾਨੂੰ ਗਿਆਨ ਹਾਸਲ ਹੋਣਾ ਸ਼ੌਂਕ ਨਾਲ ਜਾਂ ਚਾਹ ਦੀ ਬਿਰਤੀ ਵਿਰਲਿਆਂ ਚ ਹੁੰਦੀ ਹੋ ਕੇਗੀ ਸੋ ਕਿਤੇ ਵੀ ਹੋ ਰਿਹਾ ਹੈ ਇਹ ਵਪਾਰ ਹੀ ਹੋ ਰਿਹਾ ਹੈ ਚਾਹੇ ਉਹ ਧਰਮ ਦੀ ਪੜ੍ਹਾਈ ਹੈ ਚਾਹੇ ਉਹ ਸਮਾਜ ਦੀ ਪੜ੍ਹਾਈ ਹੈ ਧਰਮ ਦੀ ਪੜ੍ਹਾਈ ਦੇ ਵਿੱਚ ਖਿੱਤੇ ਦੇ ਵਿੱਚ ਵੀ ਜਿਹੜੇ ਪੜ੍ਹਦੇ ਆ ਉਹ ਵੀ ਵਪਾਰ ਕਰਨ ਵਾਸਤੇ ਪੜ੍ਹਦੇ ਆ ਗੁਰਬਾਣੀ ਦੀ ਸੰਥਿਆ ਕੇਵਲ ਉਹੀ ਕਰਦੇ ਆ ਜਿਨ੍ਹਾਂ ਨੇ ਪ੍ਰੋਫੈਸ਼ਨ ਬਣਾ ਕੇ ਪਾਠੀ ਬਣਨਾ ਜਾਂ ਗ੍ਰੰਥੀ ਸਿੰਘ ਬਣਨਾ ਔਰੋ ਇਸ ਵਾਸਤੇ ਵੀ ਚਲੋ ਹੋਰ ਪਾਸੇ ਕਿਤੇ ਨਹੀਂ ਕਾਮਯਾਬ ਹੋ ਸਕੇ ਸੌਖਾ ਕੰਮ ਹੈ ਇਸ ਪਾਸੇ ਆ ਜਾਣੇ ਸੋ ਕਹਿਣ ਤੋਂ ਭਾਵ ਧਰਮ ਦੇ ਖੇਤੇ ਵਿੱਚ ਵੀ ਜਿਹੜੀ ਪੜ੍ਹਾਈ ਉਹ ਵੀ ਵਪਾਰ ਕਰਨ ਵਾਸਤੇ ਹੋ ਰਹੀ ਹੈ ਸਮਾਜ ਦੀ ਪੜ੍ਹਾਈ ਵੀ ਵਪਾਰ ਕਰਨ ਵਾਸਤੇ ਹੋ ਰਹੀ ਹੈ ਏਸੇ ਕਰਕੇ ਸਮਾਜ ਭਾਵੇਂ ਬਾਹਰੋਂ ਬਹੁਤ ਤਰੱਕੀ ਕਰ ਰਿਹਾ ਹੈ ਪਰ ਅੰਤਰਾਤਮੇ ਤੌਰ ਤੇ ਬਹੁਤ ਜ਼ਿਆਦਾ ਪਛਾਣ ਉਜਾ ਰਿਹਾ ਹੈ ਔਰ ਯੁੱਗਾਂ ਪਿੱਛੇ ਚਲਿਆ ਜਾ ਰਿਹਾ ਹੈ ਯੁੱਗਾਂ ਪਿੱਛੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੱਸ ਰਹੇ ਨੇ ਕਿ ਪੜੋ ਪਰ ਉਸ ਨੂੰ ਪੜਨ ਤੋਂ ਬਾਅਦ ਉਸ ਦੇ ਉੱਤੇ ਅਮਲ ਕਰਦਿਆਂ ਹੋਇਆਂ ਆਪਣੇ ਨਿਜ ਮਨ ਨੂੰ ਮਾਰਨ ਦਾ ਯਤਨ ਕਰੋ ਕਿ ਨਿਜ ਮਨ ਨੂੰ ਮਾਰਨਾ ਹੈ ਫਿਰ ਤੁਹਾਡੇ ਮਨਾਂ ਨੂੰ ਸ਼ਾਂਤੀ ਮਿਲਨੀ ਹੈ ਮਹਾਰਾਜ ਜੀ ਕਹਿੰਦੇ ਪੰਡਤ ਜੀ ਜਦੋਂ ਤੱਕ ਵਪਾਰ ਕਰਨ ਵਾਸਤੇ ਫੜ ਰਹੇ ਹੋ ਵਿਖਾਵਾ ਕਰਨ ਲਈ ਉਦੋਂ ਤੱਕ ਕਿਵੇਂ ਮਨ ਸ਼ਾਂਤ ਹੋਣੇ ਹੈ ਹਾਂਜੀ ਬੋਲੀ ਬੋਰ ਕੁਸ਼ਲ ਜੇ ਕਾਂਸ਼ੀ ਫਿਰ ਮਹਾਰਾਜ ਜੀ ਦੇ ਚਰਨਾਂ ਵਿੱਚ ਉਹ ਪੰਡਤ ਬੋਲੇ ਕਹਿਣ ਲੱਗੇ ਮਹਾਰਾਜ ਜੀ ਅਸੀਂ ਤਾਂ ਕਾਂਸੀ ਵਿੱਚ ਵੱਸਦੇ ਆਂ ਬੜੀ ਖੁਸ਼ੀ ਨਾਲ ਕਾਂਸੀ ਵਿੱਚ ਇਸ ਕਰਕੇ ਵੱਸਦੇ ਹਾਂ ਇਹ ਸ਼ਿਵਪੁਰ ਮੈਂ ਜੋ ਮ੍ਰਿਤਿ ਪਾਵਤ ਇਹ ਸ਼ਿਵ ਨਗਰੀ ਹੈ ਇੱਥੇ ਵਰਦਾਨ ਹੈ ਕਿ ਜਿਹੜਾ ਸ਼ਿਵ ਜੀ ਦੀ ਨਗਰੀ ਦੇ ਵਿੱਚ ਮਿਰਤੂ ਪ੍ਰਾਪਤ ਕਰਦਾ ਇੱਥੇ ਮਰਦਾ ਮੁਕਤ ਹੋਤ ਸਭ ਦੋਖ ਮਿਟਾਵਤ ਉਹ ਮੁਕਤ ਹੋ ਜਾਂਦਾ ਉਹਦੇ ਸਾਰੇ ਦੋਸ਼ ਮਿਟ ਜਾਂਦੇ ਜਿਹੜਾ ਕਾਂਸੀ ਵਿੱਚ ਵਰਦਾਨ ਹੈ ਕਿ ਜਿਹੜਾ ਕਾਂਸੀ ਵਿੱਚ ਆ ਕੇ ਮਰਦਾ ਹੈ ਉਹ ਮੁਕਤ ਹੋ ਜਾਂਦਾ ਉਹਦੇ ਸਾਰੇ ਦੋਸ਼ ਮਿਟ ਜਾਂਦੇ ਨੇ ਇਸ ਕਰਕੇ ਅਸੀਂ ਤਾਂ ਜੀ ਖੁਸ਼ ਆ ਵੀ ਚਲੋ ਇੱਥੇ ਰਹਿੰਨੇ ਆ ਮਰਾਂਗੇ ਮੁਕਤ ਹੋ ਜਾਵਾਂਗੇ ਸ਼ਾਸਤਰ ਵਿਖੇ ਮਹਾਤਮ ਕਹਾ ਇਹ ਗੱਲ ਕਾਂਸੀ ਦੀ ਵਿੜਿਆਈ ਦੀ ਸ਼ਾਸਤਰਾਂ ਵਿੱਚ ਵੀ ਕਹੀ ਹੋਈ ਹੈ ਮ੍ਰਿਤਿਉ ਹੋਏ ਜਾਵੇ ਸ਼ਿਵ ਜਹਾਂ ਜਿਹੜਾ ਇਸ ਨਗਰੀ ਦੇ ਵਿੱਚ ਮਿਰਤੂ ਹੁੰਦਾ ਉਹ ਸ਼ਿਵ ਨਗਰੀ ਵਿੱਚ ਜਾਂਦਾ ਹੈ ਯਾਤੇ ਮਹਿਮਾ ਈ ਥਲ ਕੇਰੀ ਇਸ ਕਰਕੇ ਇਸ ਕਾਂਸੀ ਦੀ ਬੜੀ ਵੱਡੀ ਭਾਰੀ ਮਹਿਮਾ ਹੈ ਸਭ ਇਨ ਤੇ ਉੱਤਮ ਹਮ 헤ਰੀ ਅਸੀਂ ਇਸ ਬਨਾਰਸ ਨੂੰ ਕਾਂਸੀ ਨੂੰ ਸਭ ਤੋਂ ਉੱਤਮ ਜਾਣਦੇ ਹਾਂ ਦੋਹਰਾ ਜਗ ਗੁਰ ਬੋਲੇ ਬਚਨ ਪੁਨ ਮ੍ਰਿਤਿ ਸਮਾਜਬਈ ਆਈ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਪੰਡਤੋ ਇਹ ਵੀ ਤੁਸੀਂ ਭਲੇਖੇ ਚੋ ਇੱਥੇ ਕਾਂਸੀ ਚ ਮੁਕਤ ਕਿਸ ਨੂੰ ਕਿਹਾ ਜਾਂਦਾ ਹੈ ਜਿਹੜਾ ਇੱਥੇ ਮਰਦਾ ਹੈ ਕਹਿੰਦੇ ਇੱਥੇ ਬਾਰੇ ਤੁਹਾਡੀ ਇਹ ਧਾਰਨਾ ਹੈ ਤੁਹਾਡੇ ਬਜ਼ੁਰਗ ਇਹ ਕਹਿੰਦੇ ਐ ਕਿ ਜਦੋਂ ਇਸ ਕਾਂਸੀ ਨਗਰ ਦੇ ਵਿੱਚ ਕਿਸੇ ਦੀ ਮਰਤੂ ਦਾ ਸਮਾਂ ਆਉਣ ਲੱਗਦਾ ਹੈ ਰਾਮਨਾਮ ਉਪਦੇਸ਼ ਸ਼੍ਰਤ ਜੀਤ ਪਿਨਾ ਕੀ ਗਾਏ ਜੇ ਸ਼ਿਵ ਜੀ ਭਗਵਾਨ ਆ ਪਾ ਕੇ ਉਹਦੇ ਕੰਨ ਦੇ ਵਿੱਚ ਨਾਮ ਸੁਣਾਉਂਦਾ ਪਰਮੇਸ਼ਰ ਦਾ ਰਾਮ ਨਾਮ ਦਾ ਉਸ ਨਾਮ ਨੂੰ ਸੁਣ ਕੇ ਫਿਰ ਉਹ ਮੁਕਤ ਹੁੰਦਾ ਕਾਂਸੀ ਚ ਮਰਨ ਕਰਕੇ ਮੁਕਤ ਨਹੀਂ ਹੁੰਦਾ ਮਹਾਰਾਜ ਜੀ ਕਹਿੰਦੇ ਜਿਹਦੇ ਕੰਨਾਂ ਵਿੱਚ ਰਾਮ ਨਾਮ ਸੁਣਾਇਆ ਜਾਂਦਾ ਉਹ ਮੁਕਤ ਹੁੰਦਾ ਯਾਨੀ ਕਿ RAM ਦਾ ਨਾਮ ਪਰਮੇਸ਼ਰ ਦਾ ਨਾਮ ਮੁਕਤੀ ਦਿੰਦਾ ਨਾ ਕਿ ਬਨਾਰਸ ਵਿੱਚ ਮਰਿਆ ਮੁਕਤੀ ਮਿਲਦੀ ਹੈ ਪਹਿਲਾਂ ਤਾਂ ਇਹ ਭੁਲੇਖਾ ਕੱਢ ਦਿਓ ਹਾਂਜੀ ਚੌਪਈ ਯਾਤੇ ਮੁਖ ਹੋਤ ਏ ਥਾਈ ਇਥੇ ਤਾਂ ਮੁਕਤੀ ਹੋਈ ਕਹੀ ਜਾਂਦੀ ਹੈ ਕਿਉਂਕਿ ਉਹਦੇ ਮਰਨ ਵਾਲੇ ਵਿਅਕਤੀ ਦੇ ਕੰਨ ਵਿੱਚ ਪਰਮੇਸ਼ਰ ਦਾ ਨਾਮ ਸੁਣਾਈ ਦਿੱਤਾ ਜਾਂਦਾ ਹੈ ਲਖੋ ਨਾਮ ਮਹਿਮਾ ਅਦਿਕਾਈ ਇਹਸ ਕਰਕੇ ਹੈ ਪੰਡਤੋ ਨਾਮ ਦੀ ਮਹਿਮਾ ਅਦਕ ਕਰਕੇ ਜਾਣੋ ਨਾਮ ਦੀ ਵਿਡਿਆਈ ਵੱਡੀ ਹੈ ਕਿਤੇ ਦੇਸ਼ ਹੋਵੇ ਥਲ ਕੋਈ ਸੰਸਾਰ ਦਾ ਕੋਈ ਕੋਨਾ ਹੋਵੇ ਕੋਈ ਦੇਸ਼ ਹੋਵੇ ਕੋਈ ਥਾਂ ਹੋਵੇ ਕੋਈ ਧਰਤੀ ਹੋਵੇ ਨਾਮ ਹਿਰਦੈ ਗਤ ਪ੍ਰਾਪਤਿ ਹੋਈ ਜਿਨ੍ਹਾਂ ਦੇ ਹਿਰਦਿਆਂ ਵਿੱਚ ਨਾਮ ਵੱਸਦਾ ਉਹ ਸੰਸਾਰ ਦੇ ਕਿਸੇ ਕੋਨੇ 'ਚ ਵੀ ਆਪਣਾ ਸਰੀਰ ਤਿਆਗਣ ਉਹਨਾਂ ਦੀ ਮੁਕਤੀ ਹੁੰਦੀ ਹੈ ਮਹਾਰਾਜ ਜੀ ਕਹਿੰਦੇ ਐਸਾ ਨਹੀਂ ਕਿ ਕਾਂਸੀ ਵਿੱਚ ਹੀ ਮਰੇਗਾ ਤੇ ਮੁਕਤ ਹੋਵੇਗਾ ਇਹ ਭਰਮ ਕੱਢਣ ਵਾਸਤੇ ਕਬੀਰ ਜੀ ਮਹਾਰਾਜ ਜੀ ਦੀ ਉਦਾਹਰਣ ਦਿੰਦੇ ਨੇ ਅੱਗੇ ਸੁਣੋ ਜੀ ਜਿਉ ਕਬੀਰ કાંશી ਥਲ त्यागा ਨਵੀਰ ਜੀ ਨੇ ساری ਜ਼ਿੰਦਗੀ ਬਨਾਰਸ ਵਿੱਚ ਕੱਟੀ ਜਦੋਂ ਸਰੀਰ ਤਿਆਗਣਾ ਸੀ ਨਾ ਉਹ ਕਾਂਸ਼ੀ ਨੂੰ ਛੱਡ ਕੇ ਹੜੰਬੇ ਆ ਗਏ ਜਦੋਂ ਉੱਥੇ ਆ ਗਏ ਉੱਥੇ श्राप ਸੀ ਕਿ ਜਿਹੜਾ ਹੜੰਬੇ ਆ ਕੇ ਸਰੀਰ त्याਗੇਗਾ ਤੇ ਉਹ ਗਧੇ ਦੀ ਜੂਨ 'ਚ ਪਵੇਗਾ ਕਬੀਰ ਜੀ ਮਹਾਰਾਜ ਜੀ ਕਹਿੰਦੇ ਫਿਰ ਪਰਮੇਸ਼ਰ ਦੇ ਨਾਮ ਦੀ ਕਾਦੀ ਵਡਿਆਈ ਹੋਈ ਵੀ ਜੇ ਮੈਂ ਕਾਂਸੀ ਚ ਮਰਿਆ ਸਾਰੀ ਜ਼ਿੰਦਗੀ ਰੱਬ ਰੱਬ ਕੀਤਾ ਤੇ ਕਾਂਸੀ ਚ ਮਰ ਕੇ ਮੁਕਤੀ ਹੋ ਜਾਂਦੀ ਹੈ ਤੇ ਫਿਰ ਤਾਂ ਰੱਬ ਦੇ ਨਾਮ ਦੇ ਉੱਤੇ ਲੋਕਾਂ ਨੇ ਕਹਿਣਾ ਵੀ ਕੋਈ ਫਾਇਦਾ ਨਹੀਂ ਜਦੋਂ ਮੌਤ ਆਉਣ ਲੱਗੇ ਕਾਂਸੀ ਚ ਰਹਿਣ ਲੱਗ ਪੋ ਉਹ ਹੜੰਬੇ ਆ ਗਏ ਉੱਥੇ ਜਦੋਂ ਆਏ ਉੱਤੇ ਉੱਥੇ ਆ ਕੇ ਮਹਾਰਾਜ ਕਬੀਰ ਜੀ ਨੇ ਜਦੋਂ ਸਰੀਰ ਤਿਆਗਿਆ ਤੇ ਮੁਕਤ ਹੋ ਗਏ ਨਾਮ ਦੀ ਮਹਿਮਾ ਕਰਕੇ ਮੁਕਤ ਹੋਏ ਨਾ ਕਿ ਕਾਂਸ਼ੀ ਵਿੱਚ ਜਾਂ ਕਿਸੇ ਵਿਸ਼ੇਸ਼ ਜਗ੍ਹਾ ਤੇ ਸਰੀਰ त्यागਣੇ ਨਾਲ ਹਾਂਜੀ ਮਗ ਮੈਂ ਬਸਾ ਨਾਮਿ ਅਨੁਰਾਗਾ ਫੜੰਬਾ ਵੀ ਕਹਿ ਦਿੰਨੇ ਨੂੰ ਮਗਹਰ ਵੀ ਕਹਿ ਦਿੰਨੇ ਆ ਆਪਣਾ ਮਗਹਰ ਆ ਕੇ ਮਹਾਰਾਜ ਭਗਤ ਕਬੀਰ ਜੀ ਨੇ ਆਪਣਾ ਸਰੀਰ त्यागਿਆ ਜਿਹਨੂੰ ਸਰਾਪਿਆ ਹੋਇਆ ਸੀ ਮਗਹਰ ਦੀ ਭੂਮੀ ਨੂੰ ਸਰਾਪ ਦਿੱਤਾ ਹੋਇਆ ਸੀ ਪਰ ਕਬੀਰ ਜੀ ਉੱਥੇ ਆ ਕੇ ਵੀ ਨਾਮ ਦੇ ਪ੍ਰਤਾਪ ਕਰਕੇ ਮੁਕਤ ਹੋ ਗਏ ਇਹ ਨਾਮ ਦੀ ਵਿਡਿਆਈ ਹੈ ਮੁਕਤੀ ਨਾਮ ਨੇ ਦੇਣੀ ਹੈ اے ਪੰਡਤ ਜਨੋ ਸੁਣੋ ਬਿਨਾ ਪਰਮੇਸ਼ਰ ਦੇ ਨਾਮ ਤੋਂ ਮੁਕਤੀ ਨਹੀਂ ਮਿਲਨੀ ਨਾਮ ਜਪਣੇ ਵਾਲਾ ਸੰਸਾਰ ਦੇ ਕਿਸੇ ਕੋਨੇ 'ਚ ਕਿਤੇ ਵੀ ਆਪਣਾ ਸਰੀਰ ਤਿਆਗ ਦੇਵੇ ਉਹ ਮੁਕਤ ਹੈ ਹਾਂਜੀ ਸਤ ਸੰਗਤ ਹੋਏ ਰਹੀ ਤਹਾਈ ਜਦੋਂ ਮਗਹਰ ਆਗੇ ਕਬੀਰ ਜੀ ਉੱਥੇ ਵੀ ਸਤ ਸੰਗਤ ਦੀਆਂ ਉਹਨਾਂ ਨੇ ਝੜੀਆਂ ਲਾ ਦਿੱਤੀਆਂ ਉੱਥੇ ਵੀ ਰਾਮ ਨਾਮ ਦੀ ਮਹਿਮਾ ਨੂੰ ਪ੍ਰਗਟ ਕਰ ਦਿੱਤਾ ਭਏ ਮੋਖ ਤਜ ਦੇਵਾਹੀ ਔਰ ਮਗਹਰ ਜਾ ਕੇ ਆਪਣਾ ਸਰੀਰ ਤਿਆਗ ਕੇ ਉਹ ਮੁਕਤ ਹੋ ਗਏ ਕਬੀਰ ਜੀ ਮਹਾਰਾਜ ਜਾਨੋ ਏਕ ਮੋਖ ਕੋ ਦਾਤਾ ਇਸ ਕਰਕੇ ਜੇ ਮੁਕਤੀ ਦਾ ਦਾਤਾ ਕੋਈ ਹੈ ਤਾਂ ਇੱਕੋ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਹੀ ਮੁਕਤੀ ਦਾ ਦਾਤਾ ਹੈ ਵਿਣ ਨਾਮੈ ਮੁਕਤ ਨਾ ਹੋਈ ਪਰਮੇਸ਼ਰ ਦੇ ਨਾਮ ਤੋਂ ਬਿਨਾ ਜੀਵ ਦੀ ਬੰਦ ਖਲਾਸੀ ਨਹੀਂ ਹੋਣੀ ਸਤ ਨਾਮ ਸਭ ਜਗ ਵਖਿਆਤਾ ਪਾਰ ਬ੍ਰਹਮ ਪਰਮੇਸ਼ਰ ਦਾ ਸੱਚਾ ਨਾਮ ਸਾਰੇ ਜਗਤ ਵਿੱਚ ਹੈ ਪੰਡਤ ਜਨੋ ਵਖਿਆਤ ਹੈ ਪ੍ਰਗਟ ਹੈ ਇਸ ਨਾਮ ਤੋਂ ਬਿਨਾ ਕਿਸੇ ਦੀ ਮੁਕਤੀ ਨਹੀਂ ਹੋਣੀ ਜਿਸ ਨੇ ਵੀ ਮੁਕਤ ਪਹਿਲਾਂ ਜਿੰਨੇ ਮੁਕਤ ਹੋਏ ਨੇ ਹੁਣ ਜਿੰਨੇ ਮੁਕਤ ਹੋਣਗੇ ਤੇ ਆਉਣ ਵਾਲੇ ਸਮੇਂ 'ਚ ਜਿੰਨੇ ਮੁਕਤ ਹੋਣਗੇ ਉਹ ਸਭ ਇਸ ਨਾਮ ਦੀ ਕਮਾਈ ਕਰਕੇ ਮੁਕਤ ਹੋਏ ਤੇ ਹੋਣਗੇ ਜਿਹੜੇ ਨਾਮ ਜਪਣਗੇ ਉਹਨਾਂ ਨੂੰ ਹੀ ਮੋਕਸ਼ ਦੀ ਪ੍ਰਾਪਤੀ ਹੋਵੇਗੀ ਔਰ ਕਿਸੂ ਤੇ ਮੋਖ ਨਾ ਹੋਈ ਹੋਰ ਕਿਸੇ ਕਰਮ ਕਰਕੇ ਮੋਕਸ਼ ਨਹੀਂ ਹੋਣੀ ਪਾਤਸ਼ਾਹ ਕਹਿੰਦੇ ਨਾਮ ਜਪ ਕੇ ਹੀ ਮੁਕਤੀ ਮਿਲਣੀ ਹੈ ਕਬੀਰ ਜੀ ਜੈਸੇ ਮਹਾਪੁਰਸ਼ਾਂ ਨੇ ਨਾਮ ਦਾ ਪ੍ਰਤਾਪ ਪ੍ਰਗਟ ਕੀਤਾ ਉਹ ਨਾਮ ਜਪ ਕੇ ਮੁਕਤ ਹੋਏ ਰਬਦਾਸ ਜੀ ਕਬੀਰ ਜੀ ਕਾਸ਼ੀ ਚ ਰਹਿਣ ਕਰਕੇ ਨਹੀਂ ਨਾਮ ਦੇ ਪ੍ਰਤਾਪ ਨਾਲ ਮੁਕਤ ਹੋਏ ਹੈ ਨਾਮ ਦੀ ਮਹਿਮਾ ਹੀ ਮਹਾਪੁਰਸ਼ਾਂ ਭਗਤਾਂ ਨੇ ਸੰਸਾਰ ਵਿੱਚ ਪ੍ਰਗਟ ਕੀਤੀ ਹੈ ਤਾਂ ਤੇ हे ਪੰਡਤ ਜਨੋ ਜਪਿਆ ਕਰੋ ਜੇ ਮੁਕਤ ਹੋਣਾ ਹੈ ਸਤ ਨਾਮ ਵਾਹਿ ਗੁਰੂ 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 ਨਾਮ ਜਪੋ ਨਾਮੋ ਨਾਮੋ ਅਰਧ ਨਾਮ ਝਪੋ ਭਾਈ ਨਾਮ ਨਾਲ ਹੀ ਮੋਕਸ਼ ਦੀ ਪ੍ਰਾਪਤੀ ਹੋਣੀ ਹੈ ਔਰ ਕਿਸੂ ਤੇ ਮੋਖ ਨਾ ਹੋਈ ਔਰ ਕਿਸੇ ਕਰਮ ਕਾਂਡ ਨੜ ਮੁਕਤੀ ਨਹੀਂ ਹੋਣੀ ਕੋਟ ਉਪਾਉ ਕਰੇ ਜੇ ਕੋਈ ਭਾਵੇਂ ਕੋਈ ਕਰੋੜਾਂ ਉਪਾਉ ਕਰ ਲਵੇ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਉਹ ਜਿਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਪਰਮੇਸ਼ਰ ਦੇ ਨਾਮ ਦੇ ਤੁਲ ਕੁਝ ਨਹੀਂ ਇਹ ਤਾਂ ਸ਼ਾਸਤਰ ਤੇ ਸਿਮਰਤੀਆਂ ਵੀ ਕਹਿੰਦੇ ਐ ਉਹ ਵੀ ਅਸੀਂ ਵੇਖ ਲਏ ਨੇ ਟੰਡੋਲ ਕੇ ਪਰਖ ਕੇ ਅਕਾਲ ਪੁਰਖ ਵਾਹਿਗੁਰੂ ਪਾਰਬ੍ਰਮ ਪਰਮੇਸ਼ਰ ਦੇ ਨਾਮ ਦੇ ਤੁਲ ਕੁਝ ਵੀ ਨਹੀਂ ਇਸ ਕਰਕੇ ਭਵੇਂ ਕੋਈ ਕਰੋੜਾਂ ਉਪਾਉ ਕਰ ਲਵੇ ਮੁਕਤ ਨਹੀਂ ਹੋ ਸਕਦਾ ਜਦੋਂ ਤੱਕ ਨਾਮ ਨਹੀਂ ਜਪਦਾ ਨਾਮ ਨਹੀਂ ਧਿਆਉਂਦਾ ਨਾਮ ਨਹੀਂ ਅਰਾਧਦਾ ਦੋਹਰਾ ਸੁਣ ਕਰ ਪੰਡਤ ਕਹਿਤ ਪੇ ਹੈ ਅਨੇਕ ਹਰ ਨਾਮ ਸੁਣ ਕੇ ਫਿਰ ਉਹ ਪੰਡਤ ਬੋਲੇ ਕਹਿਣ ਲੱਗੇ ਜੀ ਨਾਮ ਕਿਹੜਾ ਇੱਕ ਹੈ ਪਰਮੇਸ਼ਰ ਦਾ ਬਿਆੰਤ ਹੀ ਨਾਮ ਨੇ ਪਰਮੇਸ਼ਰ ਤੇ ਅਨੇਕ ਨਾਮ ਨੇ ਅਨੇਕਾਂ ਨਾਮਾਂ ਵਾਲਾ ਹੈ ਪਰਮੇਸ਼ਰ RAM RAM ਹੈ ਖੁਦਾ ਖੁਦਾ ਹੈ ਅੱਲਾ ਅੱਲਾ ਹੈ ਕਿੰਨੇ ਨਾਮ ਨੇ ਕਰੀਮ ਹੈ ਰਹੀਮ ਬੇਅੰਤ ਕਹਿੰਦੇ ਆ ਉਹਨੂੰ ਨੇਤ ਨੇਤ ਕਹਿੰਦੇ ਆ ਗੋਬਿੰਦ ਕਹਿੰਦੇ ਆ ਗੁਰਧਨ ਕਹ ਦਿੰਦੇ ਮੁਰਾਰੀ ਕਹ ਦਿੰਦੇ ਕਿਤਨੇ ਨਾਮ ਨੇ ਪਰਮੇਸ਼ਰ ਦੇ ਇੱਕ ਨਾਮ ਦਾ ਨਹੀਂ ਅਨੇਕਾਂ ਨਾਵਾਂ ਵਾਲਾ ਹੈ ਪਾਰ ਬ੍ਰਹਮ ਪਰਮੇਸ਼ਰ ਉਹਦੇ ਅਨੇਕਾਂ ਹੀ ਨਾਮ ਹਨ ਕੌਨ ਨਾਮ ਹੈ ਮੁਕਤ ਦਾ ਸੋ ਕਹੀਏ ਅਬਿਰਾਮ ਏ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਕੇ ਦੱਸੋ ਵੀ ਮੁਕਤੀ ਦੇਣ ਵਾਲਾ ਨਾਮ ਕਿਹੜਾ ਹੈ ਨਾਮ ਤਾਂ अनेका ਨੇ ਪਰਮੇਸ਼ਰ ਦੇ ਜਿਹੜਾ ਮੁਕਤੀ ਦੇਵੇ ਉਹ ਕਿਹੜਾ ਨਾਮ ਹੈ ਤੇ ਅਸੀਂ ਉਹ ਜਪੀਏ ਜਿਹੜਾ ਮੁਕਤੀ ਦੇਵੇ ਉਹ ਕਿਹੜਾ ਨਾਮ ਹੈ ਮਹਾਰਾਜ ਹਾਂਜੀ ਚੌਪਈ ਸ੍ਰੀ ਨਾਨਕ ਪੁਨ ਬੈਨ ਉਚਾਰੀ ਸੁਣ ਕੇ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬੋਲੇ ਜੋ ਨੋਕਾ ਸਭ ਪਾਰੇ ਉਤਾਰੇ ਮਹਾਰਾਜ ਜੀ ਕਹਿੰਦੇ ਕਿਸ਼ਤੀਆਂ ਨਦੀ ਤੇ ਖੜੀਆਂ ਹੁਣ ਸਾਰੀਆਂ ਹੀ ਤਾਰਨ ਦੀ ਸਮਰੱਥਾ ਰੱਖਦੀਆਂ ਕਿਸ਼ਤੀਆਂ ਖੜੀਆਂ ਹੋਣ ਨਾ ਨਦੀ ਤੇ 10 ਖੜੀਆਂ ਨੇ 100 ਖੜੀਆਂ ਨੇ ਤਾਰ ਸਾਰੀਆਂ ਹੀ ਸਕਦੀਆਂ ਨੇ ਇਹ ਨਹੀਂ ਵੀ ਕੋਈ ਕਿਸ਼ਤੀ ਤਾਰ ਨਹੀਂ ਸਕਦੀ ਤਾਰਨ ਦੀ ਸਮਰੱਥਾ ਸਾਰੀਆਂ ਕਿਸ਼ਤੀਆਂ ਵਿੱਚ ਹੈ ਪੋਨ ਜਿਸ ਨੋਕਾ ਪਰ ਚੜਕੋ ਪਰ ਜਿਹੜੀ ਕਿਸ਼ਤੀ ਤੇ ਮਲਾਹ ਬੈਠਾ ਹੋਵੇ ਆਪਾਂ ਉਹਦੇ ਤੇ ਬੈੰਨੇ ਆ ਕਿ ਬਿਨਾ ਮਲਾਹ ਵਾਲੀਆਂ ਕਿਸ਼ਤੀਆਂ ਤੇ ਬਹਿ ਜਾਨਨੇ ਆ ਆਖੋ ਸਤਨਾਮ ਸ੍ਰੀ ਵਾਹਿ ਜਿਹੜੀ ਕਿਸ਼ਤੀ ਤੇ ਮਲਾਹ ਬੈਠਾ ਹੋਵੇ ਆਪਾਂ ਉਹਦੇ ਤੇ ਬੈੰਨੇ ਆ ਫਿਰ ਉਹੀ ਕਿਸ਼ਤੀ ਪਾਰ ਉਤਾਰਦੀ ਹਾਂਜੀ ਤੈਨੂੰ ਪਾਰ ਉਤਾਰੇ ਸੋ ਤੇ ਉਹਦੋਂ ਫੇਰ ਉਹ ਪਾਰ ਉਤਾਰ ਦਿੰਦੀ ਹੈ ਕਿਸ਼ਤੀ ਤਿਸਈ ਸੰਗ ਤਾਹੇ ਕੋ ਕਾਮ ਉਹਦਾ ਕੰਮ ਉਹਦੇ ਨਾਲ ਹੀ ਹੈ ਕਿਸ਼ਤੀਆਂ ਭਵੇਂ ਹੋਰ ਵੀ ਖੜੀਆਂ ਨੇ ਉੱਥੇ ਪਰ ਉਹਦਾ ਕੰਮ ਉਹਦੇ ਨਾਲ ਹੈ ਜਿਹਦੇ ਤੇ ਉਹ ਚੜ ਗਿਆ ਸਾਡਾ ਤਾਂ ਉਹਦੇ ਨਾਲ ਹੀ ਮਤਲਬ ਹੈ ਨਾ ਵੀ ਉਹਨੇ ਸਾਨੂੰ ਪਾਰ ਉਤਾਰਨਾ ਹੈ ਖੜੀਆਂ ਭਵੇਂ ਹੋਰ ਹੀ ਨੇ ਉਹਨਾਂ ਨਾਲ ਹੁਣ ਕੀ ਕੰਮ ਸਾਡਾ ਜਿਹਦੇ ਤੇ ਬਹਿ ਗਏ ਹੁਣ ਅਸੀਂ ਸਾਡਾ ਤਾਂ ਹੁਣ ਉਹਦੇ ਨਾਲ ਹੀ ਕੰਮ ਐ ਸਾਨੂੰ ਪਤਾ ਵੀ ਹੁਣ ਜਿਹਦੇ ਤੇ ਬਹਿ ਗਏ ਐ ਇੰਨੇ ਪਾਰ ਉਤਾਰਨਾ ਐ ਬਾਕੀਆਂ ਭਵੇਂ ਹਜ਼ਾਰਾਂ ਤੇ ਲੱਖਾਂ ਖੜੀਆਂ ਹੁਣ ਉਹਨਾਂ ਦਾ ਸਾਡਾ ਕੋਈ ਮਤਲਬ ਨਹੀਂ ਰਹਿ ਜਾਂਦਾ ਏਦਾਂ ਹੀ ਪਰਮੇਸ਼ਰ ਦੇ ਨਾਮ ਸਾਰੀ ਕਿਸ਼ਤੀਆਂ ਸਮਾਨ ਉਤਾਰਨ ਵਾਲੇ ਨੇ ਪਰ ਜਿਹੜਾ ਨਾਮ ਗੁਰੂ ਨੇ ਦੇ ਦਿੱਤਾ ਜਿਹਦੇ ਤੇ ਅਸੀਂ ਸਵਾਰ ਹੋ ਗਏ ਹੁਣ ਸਾਡਾ ਕੰਮ ਉਹਦੇ ਨਾਲ ਹੀ ਐ ਆਖੋ ਸਤਨਾਮ ਸ੍ਰੀ ਵਾਹਿ ਸਾਡਾ ਕੰਮ ਹੁਣ ਉਹਦੇ ਨਾਲ ਹੀ ਐ ਹੁਣ ਉਸੇ ਨੇ ਸਾਨੂੰ ਪਾਰ ਉਤਾਰਨਾ ਹੈ ਉੱਤਰੇ ਪਾਰ ਪਾਏ ਸੁਖ ਧਾਮ ਉਹ ਫਿਰ ਪਾਰ ਉੱਤਰ ਕੇ ਸੁਖ ਧਾਮ ਨੂੰ ਪ੍ਰਾਪਤ ਹੁੰਦਾ ਹੈ ਤੈਸੀ ਗੁਰ ਜੋ ਨਾਮ ਬਤਾਏ ਇਸ ਕਰਕੇ ਨਾਮ ਸਾਰੇ ਹੀ ਤਾਰਨ ਦੀ ਸਮਰੱਥਾ ਰੱਖਦੇ ਐ ਪਰ ਜਿਹੜਾ ਨਾਮ ਤੁਹਾਨੂੰ ਤੁਹਾਡਾ ਗੁਰੂ ਦੇਵੇ ਜਿਹੜਾ ਨਾਮ ਤੁਹਾਡੇ ਗੁਰੂ ਨੇ ਤੁਹਾਨੂੰ ਦਿੱਤਾ ਹੈ ਸੋ ਤੈ ਕੋ ਹੋਵਤ ਗਤ ਦਾਏ ਓਹੀ ਨਾਮ ਉਹਦੇ ਲਈ ਮੁਕਤੀ ਦੇਣ ਵਾਲਾ ਹੈ ਜਿਹੜਾ ਗੁਰੂ ਕੋਲੋਂ ਲੈ ਕੇ ਜਪਦਾ ਜਿਹੜਾ ਨਾਮ ਤੁਹਾਨੂੰ ਤੁਹਾਡੇ ਗੁਰੂ ਨੇ ਦਿੱਤਾ ਹੈ ਨਾ ਤੁਹਾਡੇ ਲਈ ਉਹੀ ਮੁਕਤੀ ਦੇਣ ਵਾਲਾ ਹੈ ਕਿਉਂਕਿ ਉਸ ਨਾਮ ਵਿੱਚ ਤੁਹਾਡੇ ਗੁਰੂ ਦੀ ਕਲਾ ਨਾਲ ਚੱਲਦੀ ਹੈ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਖਾਲਸਾ ਜੀ ਨਾਮ ਸਾਰੀ ਪਰਮੇਸ਼ਰ ਦੇ ਨੇ ਸਾਰਿਆਂ ਤੋਂ ਹੀ ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਬਿਲੇ ਹਾਰੀ ਜਾਉ ਜੀਤੇ ਤੇਰੇ ਨਾਮ ਨੂੰ ਤੇਰੇ ਜਿੰਨੇ ਨਾਮ ਨੇ ਮੈਂ ਉਹਨਾਂ ਤੋਂ ਬਿਲੇ ਹਾਰ ਜਾਂਦਾ ਵਾਹਿਗੁਰੂ ਪਰ ਜਿਹੜਾ ਨਾਮ ਗੁਰੂ ਸਾਹਿਬ ਜੀ ਦਿੰਦੇ ਆ ਨਾ ਉਸ ਨਾਮ ਵਿੱਚ ਗੁਰੂ ਦੀ ਸ਼ਕਤੀ ਕੰਮ ਕਰਦੀ ਹੈ। ਧੰ ਗੁਰੂ ਨਾਨਕ ਸਾਹਿਬ ਦੀ ਸ਼ਕਤੀ ਵਾਹਿਗੁਰੂ ਗੁਰਮੰਤਰ ਵਿੱਚ ਕੰਮ ਕਰਦੀ ਹੈ। ਉਹ ਜਦੋਂ ਜਪਦੇ ਆ ਤੇ ਗੁਰੂ ਨਾਨਕ ਸਾਹਿਬ ਦੀ ਸ਼ਕਤੀ ਕਲਾ ਨਾਲ ਸਾਡੇ ਅੰਦਰ ਵਰਤਦੀ ਹੈ ਜੋ ਵਾਹਿਗੁਰੂ ਗੁਰਮੰਤਰ ਦੀ ਚੇਤਨਾ ਹੈ ਉਹ ਗੁਰੂ ਨਾਨਕ ਸਾਹਿਬ ਨੇ ਜਗਾਈ ਹੈ ਔਰ ਜਿਹੜਾ ਇਸ ਨੂੰ ਜਪਦਾ ਉਹਦੇ ਅੰਦਰ ਵੀ ਉਹ ਚੇਤਨਾ ਪ੍ਰਚੰਡ ਹੋ ਜਾਂਦੀ ਹੈ। ਇਸ ਕਰਕੇ ਗੁਰਮੰਤਰ ਦਾ ਜਾਬ ਬਹੁਤ ਸਾਰੇ ਵੀਰ ਪੁੱਛਦੇ ਆ ਕਿਹੜਾ ਨਾਮ ਜਪੀਏ ਜਿਹੜਾ ਗੁਰੂ ਸਾਹਿਬ ਨੇ ਦਿੱਤਾ ਜੋ ਸਤਗੁਰੂ ਜੀ ਨੇ ਬਖਸ਼ਿਆ ਨਾਮ ਸਾਰੀ ਪਰਮੇਸ਼ਰ ਕਿਸੇ ਨਾਮ ਨਾਲ ਈਰਖਾ ਨਹੀਂ ਰੱਖਣੀ ਕੋਈ ਅੱਲਾ ਅੱਲਾ ਕਵੇ ਕੋਈ ਰਾਮ ਰਾਮ ਕਹੇ ਕੋਈ ਕ੍ਰਿਸ਼ਨ ਕ੍ਰਿਸ਼ਨ ਕਰੇ ਕੋਈ ਕੁਝ ਕਹੇ ਕਿਸੇ ਨਾਮ ਨਾਲ ਈਰਖਾ ਨਹੀਂ ਕਰਨੀ ਸਾਰੇ ਨਾਮ ਉਸ ਵਾਹਿਗੁਰੂ ਪਰਮੇਸ਼ਰ ਦੇ ਨੇ ਪਰ ਸਾਡੇ ਵਾਸਤੇ ਸਾਡਾ ਕੰਮ ਜਿਹਦੇ ਤੇ ਅਸੀਂ ਸਵਾਰ ਆ ਸਾਡਾ ਉਹਦੇ ਨਾਲ ਕੰਮ ਐ। ਬਾਕੀਆਂ ਦੀ ਅਸੀਂ ਭੰਡੀ ਨਹੀਂ ਕਰਨੀ। ਜਿਹਦੇ ਤੇ ਅਸੀਂ ਸਵਾਰ ਆ ਅਸੀਂ ਉਹਦਾ ਆਸਰਾ ਲੈਣਾ, ਉਹਦਾ ਜਾਪ ਕਰਨਾ, ਕਮਾਈ ਉਹਦੀ ਕਰਨੀ। ਭਾਈ ਸਾਹਿਬ ਪਾਈ ਰਾਮਕ੍ਰਿਸ਼ਨ ਜੀ ਸੇਵਾ ਪੰਥੀ ਮਹਾਤਮਾ ਮਹਾਂਪੁਰਸ਼ ਬੜੀ ਬੰਦਗੀ ਵਾਲੀ ਰੂਹ ਹੋਏ। ਉਹ ਅਕਸਰ ਗੁਰੂ ਸਾਹਿਬ ਦੇ ਦਰਬਾਰ 'ਚ ਹੀ ਰਹਿੰਦੇ ਬਾਹਰਾਜ ਜੀ ਦੇ ਦਰਬਾਰ 'ਚੋਂ ਬਾਹਰ ਨਹੀਂ ਸੀ ਜਾਂਦੇ। ਇੱਕ ਦਿਨ ਬੈਠੇ ਤੇ ਰਸਨਾ ਤੋਂ ਕਹਿ ਰਹੇ ਧੰ ਗੁਰੂ ਨਾਨਕ। ਸਹਿਜ ਧਾਰੀ ਵੀਰ ਅੰਦਰ ਆਇਆ ਤੇ ਉਹ ਭਾਈ ਰਾਮਕ੍ਰਿਸ਼ਨ ਜੀ ਦੇ ਕੰਨ 'ਚ ਆ ਕੇ ਕਹਿੰਦਾ ਹਰੇ ਕ੍ਰਿਸ਼ਨ ਹਰੇ ਰਾਮ। ਭਾਈ ਸਾਹਿਬ ਨੇ ਫੇਰ ਆਖਿਆ ਧੰ ਗੁਰੂ ਨਾਨਕ। ਉਹਨੇ ਫਿਰ ਕੰਨ 'ਚ ਆਖਿਆ ਹਰੇ ਕ੍ਰਿਸ਼ਨ ਹਰੇ ਰਾਮ ਭਾਈ ਸਾਹਿਬ ਨੇ ਫਿਰ ਆਖਿਆ ਧੰਗੁਰੂ ਨਾਨਕ ਉਥੋਂ ਕਹਿ ਕੇ ਉੱਠ ਕੇ ਅਗਲੀ ਜਗ੍ਹਾ ਤੇ ਬਹਿ ਗਏ ਉਹ ਫਿਰ ਪਿੱਛੇ ਪਿੱਛੇ ਆਇਆ ਕੰਨ 'ਚ ਆ ਕੇ ਕਹਿੰਦਾ ਹਰੇ ਕ੍ਰਿਸ਼ਨ ਹਰੇ ਰਾਮ ਭਾਈ ਸਾਹਿਬ ਫਿਰ ਬੜੇ ਪ੍ਰੇਮ 'ਚ ਆ ਕੇ ਕਹਿੰਦੇ ਧੰਗੁਰੂ ਨਾਨਕ ਦੇਵ ਸਾਹਿਬ ਧੰਗੁਰੂ ਨਾਨਕ ਦੇਵ ਸਾਹਿਬ ਫੇਰ ਉੱਠਣ ਲੱਗੇ ਤੇ ਉਹਨੇ ਬਾਹ ਫੜ ਲਈ ਭਾਈ ਰਾਮਕ੍ਰਿਸ਼ਨ ਜੀ ਨੂੰ ਕਹਿਣ ਲੱਗਾ ਵੀ ਤੁਹਾਨੂੰ ਹਰੇਕ੍ਰਿਸ਼ਨ ਹਰੇਰਾਮ ਦੇ ਨਾਮ ਤੋਂ ਅਲਰਜੀ ਹੈ। ਈਰਖਾ ਕਰਦੇ ਹੋ ਤੁਸੀਂ। ਜੇ ਮੈਂ ਹਰੇਕ੍ਰਿਸ਼ਨ ਹਰੇਰਾਮ ਕਹਿੰਦਾ ਤੁਸੀਂ ਅੱਗੋਂ ਧੰਗੁਰੂ ਨਾਨਕ ਕਹਿੰਦੇ ਤੁਸੀਂ ਹਰੇਕ੍ਰਿਸ਼ਨ ਹਰੇਰਾਮ ਕਿਉਂ ਨਹੀਂ ਆਖਦੇ। ਭਾਈ ਸਾਹਿਬ ਕਹਿੰਦੇ ਪਰਮੇਸ਼ਰ ਦੇ ਸਾਰੇ ਨਾਮਾਂ ਤੋਂ ਬਿਲੇਾਰ। ਪਰ ਵੀਰ ਜਿਹਦਾ ਰਾਜ ਹੋਵੇ ਨਾਮ ਉਸੇ ਦਾ ਚੱਲਦਾ ਹੈ। ਜਿਸ ਦਾ ਰਾਜ ਹੋਵੇ ਨਾਮ ਉਸੇ ਦਾ ਚੱਲਦਾ ਕਿ ਦੂਜੇ ਦਾ ਚੱਲਦਾ ਜਿਹਦਾ ਰਾਜ ਲੰਘਿਆ ਹੋਵੇ ਕਹਿੰਦਾ ਜੀ ਜਿਹਦਾ ਰਾਜ ਹੋਵੇ ਉਸੇ ਦਾ ਚੱਲਦਾ ਕਹਿੰਦੇ ਭਗਵਾਨ ਕ੍ਰਿਸ਼ਨ ਜੀ ਭਗਵਾਨ ਰਾਮ ਜੀ ਦੁਆਪਰ ਤ੍ਰੇਤੇ ਦੇ ਅਵਤਾਰ ਨੇ ਉਹਨਾਂ ਦਾ ਉਦੋਂ ਰਾਜ ਉਹਨਾਂ ਦਾ ਨਾਮ ਚੱਲਦਾ ਕਾਲ ਯੁਗ ਦੇ ਅਵਤਾਰ ਗੁਰੂ ਨਾਨਕ ਸਾਹਿਬ ਨੇ ਤੇ ਕਾਲ ਯੁਗ ਦੇ ਅਵਤਾਰ ਧੰਨ ਗੁਰੂ ਨਾਨਕ ਸਾਹਿਬ ਦਾ ਰਾਜ ਹੈ ਤੇ ਨਾਮ ਵੀ ਗੁਰੂ ਨਾਨਕ ਸਾਹਿਬ ਦਾ ਹੀ ਚੱਲਦਾ ਹੈ ਸਤ ਸ੍ਰੀ ਅਕਾਲ ਅਸੀਂ ਕੋਈ ਈਰਖਾ ਨਹੀਂ ਕਰਦੇ ਉਹ ਵੀ ਤਾਂ ਪਰਮੇਸ਼ਰ ਦੇ ਨਾਮ ਨੇ ਤੁਹਾਡੇ ਗੁਰੂ ਨੇ ਤੁਹਾਨੂੰ ਹਰੇ ਕ੍ਰਿਸ਼ਨ ਹਰੇ ਰਾਮ ਦਾ ਮੰਤਰ ਦਿੱਤਾ ਤੁਸੀਂ ਉਹ ਜਪਣਾ ਸਾਡੇ ਗੁਰੂ ਗੁਰੂ ਨਾਨਕ ਸਾਹਿਬ ਨੇ ਸਾਨੂੰ ਵਾਹਿਗੁਰੂ ਗੁਰ ਮੰਤਰ ਦੀ ਦਾਤ ਦਿੱਤੀ ਅਸੀਂ ਉਹ ਜਪਣਾ ਪਰ ਜਿਹੜਾ ਤੁਸੀਂ ਜਪਦੇ ਹੋ ਅਸੀਂ ਉਹਦੇ ਨਾਲ ਈਰਖਾ ਨਹੀਂ ਕਰਦੇ ਉਹਨਾਂ ਦਾ ਵੀ ਸਤਕਾਰ ਹੈ ਗੁਰਬਾਣੀ ਵਿੱਚ ਜਿਨਨੇ ਨਾਮ ਨੇ ਪਰਮੇਸ਼ਰ ਦੇ ਅਸੀਂ ਪ੍ਰਮਾਤਮਾ ਦੇ ਨਾਵਾਂ ਨਾਲ ਸਾਰਿਆਂ ਤੋਂ ਬਲਿਹਾਰ ਜਾਈਏ ਪਰ ਗੁਰੂ ਨਾਨਕ ਸਾਹਿਬ ਜੀ ਪੰਡਤਾਂ ਨੂੰ ਕਹਿ ਰਹੇ ਨੇ ਜਪੋ ਉਹ ਜਿਹੜਾ ਤੁਹਾਡੇ ਗੁਰੂ ਨੇ ਤੁਹਾਨੂੰ ਦਿੱਤਾ ਜਪਣਾ ਉਹ ਹੈ ਉਸ ਨਾਮ ਦੀ ਚੇਤਨਾ ਗੁਰ ਰੇਤ ਅਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਬਚਾਈ ਭਾਰੇ ਕਰੀ ਤਪੱਸਿਆ ਬੜੀ ਵੱਡੀ ਕਾਲਣਾ ਕਾਲੀ ਰੋਡੀ ਸਾਹਿਬ ਮਹਾਰਾਜ ਜੀ ਨੇ ਇਸ ਸ਼ਬਦ ਦੀ ਚੇਤਨਾ ਗੁਰੂ ਨਾਨਕ ਸਾਹਿਬ ਨੇ ਜਗਾਈ ਹੈ ਵਾਹਿਗੁਰੂ ਗੁਰਮੰਤਰ ਦੇ ਖਾਲਸਾ ਜੀ ਮਹਾਂਪੁਰਸ਼ ਕਹਿੰਦੇ ਆ ਵੀ ਨੌ ਯੁਗ ਬੀਤਦੇ ਤੇ ਇੱਕ ਅੱਖਰ ਉਚਾਰਣ ਹੁੰਦਾ ਨੌ ਯੁਗ ਬੀਤੇ ਤੇ ਅਕਾਲ ਪੁਰਖ ਨੇ ਇੱਕ ਅੱਖਰ ਉਚਾਰਿਆ ਵਾਵਾ ਫਿਰ ਨੌ ਅੱਖਰ ਬੀਤੇ ਤੇ ਅਕਾਲ ਪੁਰਖ ਨੇ ਦੂਸਰਾ ਅੱਖਰ ਉਚਾਰਨ ਕੀਤਾ ਹਾ ਹਾ ਫਿਰ ਨੌ ਯੁਗ ਬੀਤੇ ਤੇ ਗਗਾ ਫਿਰ ਨੌ ਯੁਗ ਬੀਤੇ ਤੇ ਰਾਰਾ 36 ਯੁਗ ਬੀਤ ਗਏ 36 ਯੁਗ ਅੰਧਕਾਰ ਅੰਧਕਾਰ ਰਹਾ ਪੂਰੇ ਸੰਸਾਰ ਭਰ ਵਿੱਚ 36 ਯੁਗ ਹਨੇਰਾ ਹੀ ਹਨੇਰਾ 36 ਯੁਗਾਂ ਬਾਅਦ ਇਹਨਾਂ ਚੌ ਅੱਖਰਾਂ ਨੂੰ ਇਕੱਠਿਆਂ ਕਰਕੇ ਜਦੋਂ ਅਕਾਲ ਪੁਰਖ ਨੇ ਕਿਹਾ ਨਾ ਵਾਹਿਗੁਰੂ ਤੇ 36 ਯੁਗਾਂ ਦਾ ਅੰਧਕਾਰ ਮਿਟ ਕੇ ਗਿਆਨ ਦੇ ਚਾਨਣੇ ਵਿੱਚ ਤਬਦੀਲ ਹੋ ਗਿਆ। ਅਤ ਸ੍ਰੀ ਆਕਾਲ ਵਾਹਿਗੁਰੂ ਨਾਮ ਕਿਹਾ ਹੀ ਉਸ ਨੂੰ ਹੈ ਜਿਹੜਾ ਪ੍ਰਕਾਸ਼ ਕਰ ਦੇਵੇ ਚਾਨਣਾ ਕਰ ਦੇਵੇ। ਵਾਹਿ ਨਾਮ ਅਸਚਰਜ ਕੋ ਹੋਈ ਗੋਤਮ ਨਾਮ ਅ ਗਿਆਨ ਅਨਿਤ ਰੂਪ ਪ੍ਰਕਾਸ਼ ਕੀਆ ਜਿਨ ਚੇਤੇ ਦੀ ਚੇਤਨਾ ਗੁਰੂ ਨਾਨਕ ਸਾਹਿਬ ਨੇ ਜਗਾਈ ਹੈ ਜਪ ਜਪ ਕੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਪੰਡਤਾਂ ਨੂੰ ਇਹ ਨਹੀਂ ਕਹਿੰਦੇ ਅਸੀਂ ਤੁਹਾਨੂੰ ਵਾਹਿਗੁਰੂ ਕਹਿਣ ਨੂੰ ਕਹਿੰਦੇ ਆ ਜਪਦੇ ਮਹਾਰਾਜ ਪੰਡਤਾਂ ਨੂੰ ਕਹਿੰਦੇ ਤੁਹਾਡੇ ਵੀ ਗੁਰੂਆਂ ਨੇ ਤੁਹਾਨੂੰ ਜਿਹੜੇ ਤੁਹਾਡੇ ਗੁਰੂ ਇਸ਼ਟ ਨੇ ਤੁਹਾਨੂੰ ਮੰਤਰ ਦਿੱਤਾ ਹੋਣਾ ਨਾ ਤੇ ਜਿਹੜਾ ਨਾਮ ਮੰਤਰ ਤੁਹਾਡੇ ਗੁਰੂ ਨੇ ਤੁਹਾਨੂੰ ਦਿੱਤਾ ਤੁਸੀਂ ਉਹ ਜਪੋ ਕਿਉਂਕਿ ਤੁਹਾਡਾ ਉਸੇ ਨਾਲ ਹੀ ਕੰਮ ਹੋਣਾ ਚਾਹੀਦਾ ਵਾਹਿਗੁਰੂ ਨਾਮ ਜਹਾਜ਼ ਹੈ ਇਹ ਵੀ ਬੇੜੀ ਹੈ ਜਹਾਜ਼ ਹੈ ਇਸ ਬੇੜੇ ਦੇ ਮਲਾਹ ਨੇ ਧੰਗ ਗੁਰੂ ਨਾਨਕ ਸਾਹਿਬ ਤੇ ਜਿਹੜਾ ਇਹਦੇ ਤੇ ਸਵਾਰ ਹੋਵੇਗਾ ਚੜ੍ਹੇ ਸੋ ਉਤਰੇ ਪਾਰੋਂ ਪਾਰ ਉਤਰੇਗਾ ਆਵਾਸ਼ ਉਤਰੇਗਾ ਪਾਰ ਕਿਉਂਕਿ ਇਸ ਬੇੜੇ ਦੇ ਮਲਾ ਗੁਰੂ ਨਾਨਕ ਸਾਹਿਬ ਹਨ ਇਸ ਕਰਕੇ ਗੁਰੂ ਕੇ ਨਾਵਾਂ ਤੋਂ ਪ੍ਰਮਾਤਮਾ ਦੇ ਮੈਂ ਬੇਨਤੀ ਬਾਰ-ਬਾਰ ਕਹਿ ਰਿਹਾ ਹਾਂ ਪਰਮੇਸ਼ਰ ਦੇ ਜਿਤਨੇ ਨਾਮ ਨੇ ਕਿਸੇ ਨਾਮ ਨਾਲ ਈਰਖਾ ਨਹੀਂ ਕਰਨੀ ਕੋਈ ਜਿਹੜਾ ਵੀ ਜਪ ਰਿਹਾ ਹੈ ਪਰ ਗੁਰੂ ਕੇ ਸਿੱਖ ਨੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨਾ ਹੈ ਮੂਲ ਮੰਤਰ ਦਾ ਅਭਿਆਸ ਕਰਨਾ ਹੈ ਜਪਜੀ ਸਾਹਿਬ ਦਾ ਅਭਿਆਸ ਕਰਨਾ ਹੈ ਗੁਰੂ ਸਾਹਿਬ ਦੀ ਬਾਣੀ ਦਾ ਅਭਿਆਸ ਕਰਨਾ ਸਾਡੇ ਲਈ ਇਹ ਸਾਰੀ ਬਾਣੀ ਨਾਮ ਰੂਪ ਹੈ ਮੰਤਰ ਰੂਪ ਹੈ ਜੋ ਗੁਰੂ ਸਾਹਿਬ ਨੇ ਸਾਨੂੰ ਬਖਸ਼ੀ ਹੈ ਪਰ ਜੇ ਕੋਈ RAM RAM ਕਹਿ ਰਿਹਾ ਤੇ ਮਹਾਰਾਜ ਉਹਦਾ ਵੀ ਸਤਿਕਾਰ ਕਰਦੇ ਆ ਬਾਦਸ਼ਾਹ ਕਹਿੰਦੇ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵ ਗੁਸਈਆਂ ਕੋਈ ਕੋਈ ਰਾਮ ਰਾਮ ਜਪਦਾ ਹੈ ਕੋਈ ਖੁਦਾ ਖੁਦਾ ਜਪਦਾ ਹੈ ਉਸ ਅਨੇਕ ਨਾਵਾਂ ਵਾਲੇ ਵਾਹਿਗੁਰੂ ਪਰਮੇਸ਼ਰ ਦੇ ਸਾਰੇ ਨਾਮ ਹਨ ਹਾਂਜੀ ਗੁਰ ਉਪਦੇਸ਼ ਰਿਦੇ ਜਿਨ ਧਾਰਾ ਸੋ ਭਵ ਸਾਗਰ ਉਤਰਾ ਪਾਰਾ ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਆਪਣੇ ਹਿਰਦੇ ਚ ਧਾਰ ਲਿਆ ਉਹਨਾਂ ਨੇ ਉਸ ਅਨੇਕਤਾ ਵਿੱਚ ਵੀ ਇੱਕ ਨੂੰ ਪਛਾਣ ਲਿਆ ਤੇ ਸੁਭਵ ਸਾਗਰ ਤੋਂ ਪਾਰ ਉਤਰ ਗਏ ਅਨੇਕਤਾ ਵਿੱਚ ਵੀ ਇੱਕ ਨੂੰ ਪਛਾਣਨਾ ਅਨੇਕ ਰੂਪ ਹੋ ਕੇ ਵਰਤਣ ਵਾਲੇ ਰੱਬ ਨੂੰ ਇੱਕ ਰੂਪ ਕਰਕੇ ਵੇਖਣਾ ਇਹ ਕਦੋਂ ਸੰਭਵ ਹੈ ਜਦੋਂ ਗੁਰੂ ਦਾ ਉਪਦੇਸ਼ ਪ੍ਰਾਪਤ ਹੋਵੇ ਜਦੋਂ ਤੱਕ ਗੁਰੂ ਉਪਦੇਸ਼ ਨਹੀਂ ਸੁਣਦੇ ਉਦੋਂ ਤੱਕ ਅਨੇਕ ਰੂਪ ਹੋ ਕੇ ਵਰਤਦਾ ਦਿਸੇਗਾ ਇਹਦਾ ਰੱਬ ਵੱਖਰਾ ਇਹਦਾ ਵੱਖਰਾ ਮੇਰਾ ਵੱਖਰਾ ਤੇਰਾ ਵੱਖਰਾ ਪਰ ਜਦੋਂ ਗੁਰੂ ਉਪਦੇਸ਼ ਹਿਰਦੇ ਵਿੱਚ ਵਸ ਕੇ ਚਾਨਣਾ ਹੋ ਜਾਏ ਫਿਰ ਪਤਾ ਲੱਗਦਾ ਵੀ ਸਾਰਿਆਂ ਦਾ ਰੱਬ ਇੱਕੋ ਹੀ ਹੈ ਮੰਨਿਆ ਹੀ ਹੋਇਆ ਸੀ ਵੀ ਮੇਰਾ ਵੱਖਰਾ ਤੇ ਤੇਰਾ ਵੱਖਰਾ ਫਿਰ ਅਨੇਕਤਾ ਵਿੱਚ ਵੀ ਇੱਕ ਇੱਕ ਉਦਾਹਰਨ ਦਿਆ ਕਰਦੇ ਆ ਮਹਾਪੁਰਸ਼ ਅੰਨਿਆਂ ਦੇ ਇੱਕ ਪਿੰਡ ਵਿੱਚ ਇੱਕ ਹਾਥੀ ਆਇਆ ਮਹਾਵਤ ਆਵਾਜ਼ ਮਾਰ ਕੇ ਕਹਿੰਦਾ ਆਓ ਬਈ ਹਾਥੀ ਦੇ ਦਰਸ਼ਨ ਕਰ ਲੋ ਅੰਨੇ ਕਹਿੰਦੇ ਅਸੀਂ ਕਿਵੇਂ ਵੇਖੀਏ ਉਹ ਕਹਿੰਦਾ ਛੂ ਕੇ ਵੇਖ ਲੋ ਕਿਸੇ ਨੇ ਸੁੰਡ ਫੜੀ ਕਿਸੇ ਨੇ ਲੱਤ ਫੜੀ ਓਹੋ ਹਾਥੀ ਤਾਂ ਥੰਮ ਵਰਗਾ ਕਿਸੇ ਨੇ ਕੰਨ ਫੜਿਆ ਉਹ ਕਹਿੰਦਾ ਹਾਥੀ ਤਾਂ ਛੱਜ ਵਰਗਾ ਕਿਸੇ ਨੇ ਪੂੰਛ ਫੜੀ ਉਹ ਕਹਿੰਦਾ ਹਾਥੀ ਤਾਂ ਲੱਜ ਵਰਗਾ ਪਰ ਲੱਜ ਤੇ ਵਾਲ ਲੱਗੇ ਹੋਏ ਐ ਬਾਅਦ ਵਿੱਚ ਸਾਰੇ ਇਕੱਠੇ ਹੋਏ ਇੱਕ ਕਹੇ ਛੱਜ ਵਰਗਾ ਦੂਜਾ ਕਹੇ ਦਰਖਤ ਦੇ ਤਣੇ ਵਰਗਾ ਤੀਜਾ ਕਹੇ ਥੰਮ ਵਰਗਾ ਚੌਥਾ ਕਹੇ ਲੱਜ ਵਰਗਾ ਰੱਸੀ ਵਰਗਾ ਸਾਰੇ ਲੜ ਪਏ ਆਪਸ ਉਹ ਕਹੇ ਨਹੀਂ ਮੈਂ ਸਹੀ ਦੂਜਾ ਕਹਿੰਦਾ ਮੈਂ ਸਹੀ ਤੀਜਾ ਕਹਿੰਦਾ ਮੈਂ ਲੜ ਪਏ ਹਮੇਸ਼ਾ ਲੜਾਈ ਹੁੰਦੀ ਉੱਥੇ ਆ ਜਿੱਥੇ ਅੰਨੇ ਹੋਣ ਅੰਨਿਆਂ ਦੀ ਲੜਾਈ ਹੁੰਦੀ ਹੈ ਜਿਨ੍ਹਾਂ ਦੇ ਨੇਤਰ ਹੈਣ ਉਹ ਥੋੜੀ ਲੜਦੇ ਇਹ ਲੜ ਪਏ ਪੰਜ ਚਾਰ ਕਿਤੇ ਅੰਨੇ ਬਾਹਰ ਗਏ ਹੋਏ ਉਹ ਆਇਓ ਕਹਿੰਦੇ ਕਿਉਂ ਲੜਦੇ ਹੋ ਕਹਿੰਦੇ ਆਹ ਗੱਲ ਹੈ ਕਹਿੰਦੇ ਇੱਕ ਚੀਜ਼ ਇਦਾਂ ਵੱਖਰੀ ਵੱਖਰੀ ਕਿਵੇਂ ਹੋ ਸਕਦੀ ਇੱਕੋ ਚੀਜ਼ ਇੱਕੋ ਹਾਥੀ ਵੱਖਰਾ ਵੱਖਰਾ ਕਿਵੇਂ ਹੋ ਸਕਦਾ ਉਹ ਕਹਿੰਦੇ ਮਹਾਵਤ ਨੇ ਫੇਰ ਆਉਣਾ ਕੱਲ ਨੂੰ ਅਗਲੇ ਦਿਨ ਮਹਾਵਤ ਫੇਰ ਆ ਗਿਆ ਹਾਥੀ ਲੈ ਕੇ ਕਹਿੰਦੇ ਉਹ ਤੂੰ ਕਿਹੋ ਜਿਹਾ ਬੰਦਾ ਸਾਡੇ ਪਿੰਡ ਲੜਾਈ ਪਵਾ ਗਿਆ ਉਹ ਕਹਿੰਦਾ ਕੀ ਗੱਲ ਕਹਿੰਦੇ ਵੀ ਇਦਾਂ ਆਹ ਗੱਲ ਹੈ ਆਹ ਮਸਲਾ ਹੈ ਇੱਕ ਕਹਿੰਦਾ ਹਾਥੀ ਛੱਜ ਵਰਗਾ ਨਹੀਂ ਮਹਾਵਤ ਕਹਿੰਦਾ ਉਹਨੂੰ ਪਤਾ ਸੀ ਵੀ ਇਹਨੇ ਕੰਨ ਫੜੇ ਸੀ ਕਹਿੰਦਾ ਹਾਂ ਜੀ ਛੱਜ ਵਰਗਾ ਦੂਜਾ ਕਹਿੰਦਾ ਉਹ ਨਹੀਂ ਰੱਸੀ ਵਰਗਾ ਨਹੀਂ ਕਹਿੰਦਾ ਹਾਂ ਰੱਸੀ ਵਰਗਾ ਵੀ ਐ ਤੀਜਾ ਕਹਿੰਦਾ ਥੰਮ ਵਰਗਾ ਨਹੀਂ ਕਹਿੰਦਾ ਹਾਂ ਥੰਮ ਵਰਗਾ ਵੀ ਐ ਚੌਥਾ ਕਹਿੰਦਾ ਜਿਵੇਂ ਜਿਨ ਚਮੜਾ ਫੜ ਕੇ ਵੇਖਿਆ ਸੀ ਵੀ ਧੋਬੀ ਦੇ ਪਟੜੇ ਵਰਗਾ ਨਹੀਂ ਕਹਿੰਦਾ ਹਾਂ ਉਹਦੇ ਵਰਗਾ ਉਹ ਕਹਿੰਦੇ ਵੀ ਇਹ ਕਿਵੇਂ ਹੋ ਗਿਆ ਕਹਿੰਦਾ ਦਰਅਸਲ ਤੁਹਾਡੇ ਨੇਤਰਾਂ ਦੀ ਰੋਸ਼ਨੀ ਨਾ ਹੋਣ ਕਰਕੇ ਤੁਸੀਂ ਇੱਕ ਹਾਥੀ ਨੂੰ ਹੀ ਅਨੇਕ ਰੂਪ ਵਿੱਚ ਸਪਰਸ਼ ਕਰਕੇ ਵੇਖ ਰਹੇ ਹੋ ਆਪਣੀਆਂ ਅੱਖਾਂ ਦਾ ਇਲਾਜ ਕਰਾ ਲਵੋ ਇਸ ਅਨੇਕਤਾ ਵਿੱਚ ਵੀ ਮੁੜ ਕੇ ਜਦੋਂ ਦੇਖਣ ਲੱਗ ਪਏਗਾ ਫਿਰ ਅਨੇਕ ਵੀ ਇੱਕ ਰੂਪ ਹੋ ਕੇ ਦੇਖਣ ਲੱਗ ਪਵੇਗਾ ਜਦੋਂ ਤੱਕ ਅਵਿਦਿਆ ਤੇ ਅਗਿਆਨਤਾ ਦੇ ਹਨੇਰੇ ਵਿੱਚ ਮਨੁੱਖ ਅੰਨਾ ਹੈ ਉਦੋਂ ਇਸ ਇੱਕ ਰੱਬ ਦੀਆਂ ਵੰਡੀਆਂ ਪਾ ਕੇ ਆ ਮੇਰਾ ਰੱਬ ਆ ਤੇਰਾ ਰੱਬ ਜਦੋਂ ਉਪਦੇਸ਼ ਦੁਆਰਾ ਇਹਦੀਆਂ ਅੱਖਾਂ ਦਾ ਅੰਧੇਰਾ ਦੂਰ ਹੁੰਦਾ ਹੈ ਗੁਰੂ ਗਿਆਨ ਰੂਪੀ ਸੁਰਮਾ ਨੇਤਰਾਂ ਚ ਪਾ ਕੇ ਇਸ ਦੇ ਅਗਿਆਨਤਾ ਦੇ ਹਨੇਰੇ ਨੂੰ ਮਿਟਾ ਕੇ ਚਾਨਣਾ ਕਰ ਦਿੰਦਾ ਹੈ ਫਿਰ ਅੱਖਾਂ ਖੋਲਦਾ ਫਿਰ ਕਹਿੰਦਾ ਓਹੋ ਜਿਸ ਨੂੰ ਮੈਂ ਅਨੇਕ ਰੂਪ ਕਰਕੇ ਸਮਝੀ ਬੈਠਾ ਸੀ ਉਹ ਤਾਂ ਇੱਕੋ ਹੀ ਹੈ ਉਹ ਦੋ ਹੈ ਹੀ ਨਹੀਂ ਉਹ ਤਾਂ ਇੱਕੋ ਹੀ ਹੈ ਅਨੇਕ ਹੈ ਫਿਰ ਇੱਕ ਹੈ ਮਹਾਰਾਜ ਜੀ ਕਹਿੰਦੇ ਇਹ ਗੱਲ ਤੁਹਾਨੂੰ ਉਦੋਂ ਸਮਝ ਆਵੇਗੀ ਪੰਡਤ ਜਨੋ ਜਦੋਂ ਤੁਹਾਨੂੰ ਗੁਰੂ ਉਪਦੇਸ਼ ਦੇ ਕੇ ਸਮਝਾਵੇਗਾ ਹਾਂਜੀ ਇਸ ਪ੍ਰਕਾਰ ਸੁਨ ਕੈ ਸ਼ੁਭ ਬਚਨਾ ਸਤਿਗੁਰੂ ਜੀ ਦੇ ਇਹ ਸ਼ੁਭ ਬਚਨ ਜਦੋਂ ਇਸ ਪ੍ਰਕਾਰ ਨਾਲ ਸੁਣੇ ਨਾ ਪੰਡਤਾਂ ਨੇ ਪੰਡਤ ਬਿਨੇ ਪਨੇ ਸੁਠ ਰਚਨਾ ਇਹ ਪੰਡਤਾਂ ਦੇ ਹਿਰਦੇ ਦਾ ਮਾਣ ਦੂਰ ਹੋ ਗਿਆ ਤਾਂ ਗੁਰਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਨਾਲ ਇਹਨਾਂ ਦੇ ਮਨ ਸ਼ਾਂਤ ਹੋਏ ਸ਼ੁਭ ਰਸਨਾ ਨਾਲ ਗੁਰੂ ਨਾਨਕ ਸਾਹਿਬ ਦੀਆਂ ਸਿਫਤਾਂ ਕਰਨ ਲੱਗੇ ਮਹਾਰਾਜ ਗੁਰੂ ਨਾਨਕ ਸਾਹਿਬ ਦੀਆਂ ਵਡਿਆਈਆਂ ਗਾਉਣ ਲੱਗੇ ਦੀਨ ਜਾਨ ਗਤ ਕੀਜੈ ਹਮਰੀ ਮਹਾਰਾਜ ਤੁਹਾਡੀ ਸ਼ਰਨ ਚ ਹਾਂ ਤੁਹਾਡੀ ਸ਼ਰਨ ਚ ਹਾਂ ਤੁਹਾਡੀ ਸ਼ਰਨ ਚ ਹਾਂ ਸਾਨੂੰ ਦੀਨ ਜਾਣ ਕੇ ਸਾਡੀ ਗਤ ਕਰ ਦਿਓ ਮਹਾਰਾਜ ਅਸੀਂ ਦੀਨ ਹਾਂ ਡਰੇ ਹੋਏ ਗਰੀਬ ਨਿਮਾਣੇ ਤੁਹਾਡੀ ਸ਼ਰਨ ਵਿੱਚ ਹਾਂ ਮਹਾਰਾਜ ਕਿਰਪਾ ਕਰਕੇ ਸਾਡੀ ਬੰਦ ਖਲਾਸੀ ਕਰ ਦਿਓ ਚਰਨ ਸ਼ਰਨ ਗੈ ਲਈਨੀ ਤੁਮਰੀ ਮਹਾਰਾਜ ਸਾਡੇ ਗੁਰੂ ਤੁਸੀਂ ਅਸੀਂ ਤੁਹਾਡੇ ਸਿੱਖ ਮਹਾਰਾਜ ਜੀ ਅਸੀਂ ਤੁਹਾਡੇ ਚਰਨ ਕਮਲਾਂ ਦੀ ਸ਼ਰਨ ਨੂੰ ਗ੍ਰਹਿਣ ਕਰਦੇ ਹਾਜ ਤੋਂ ਬਾਅਦ ਅਸੀਂ ਤੁਹਾਡੇ ਚਰਨ ਕਮਲਾਂ ਦੀ ਸ਼ਰਨ ਵਿੱਚ ਹਾਂ ਰਾਵਰ ਸਰਸ ਅਪਰ ਨੈ ਕੋਈ ਮਹਾਰਾਜ ਤੁਹਾਡੇ ਸਰਸ ਬਰਾਬਰ ਹੋਰ ਕੋਈ ਨਹੀਂ ਹੈ ਤੁਹਾਡੇ ਜਿਹਾ ਤੁਹਾਡੇ ਵਰਗਾ ਹੋਰ ਕੋਈ ਨਹੀਂ ਤੁਹਾਡੇ ਵਰਗਾ ਇੱਕ ਸਿਰਫ ਤੁਸੀਂ ਹੋ ਮਹਾਰਾਜ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮਹਾਰਾਜ ਜੀ ਤੁਸੀਂ ਸਭ ਤੋਂ ਵੱਡੇ ਹੋ ਤੁਹਾਡੇ ਵਰਗਾ ਹੋਰ ਕੋਈ ਨਹੀਂ ਸਫਲ ਦਰਸ ਨਿਜ ਕਰ ਦੁੱਖ ਖੋਈ ਮਹਾਰਾਜ ਜੀ ਤੁਸੀਂ ਆਪਣੇ ਸਫਲ ਦਰਸ਼ਨ ਦੇ ਕੇ ਸਾਡੇ ਦੁੱਖ ਦੂਰ ਕਰ ਦਿੱਤੇ ਹਨ ਸਾਡੀ ਮਰਜ਼ ਲੱਭ ਲਈ ਹੈ ਸਾਡੀ ਬਿਮਾਰੀ ਲੱਭ ਲਈ ਹੈ ਮਹਾਰਾਜ ਕਿਰਪਾ ਕਰੋ ਹੁਣ ਵੈਦ ਬਣ ਕੇ ਇਸ ਬਿਮਾਰੀ ਨੂੰ ਦੂਰ ਕਰ ਦਿਓ ਹਾਂਜੀ ਸੋਨੇ ਬਿਨੇ ਜਬ ਕਰੁਨਾ ਐਨਾ ਕਿਰਪਾ ਦੇ ਸਵਾਮੀ ਧੰਗ ਗੁਰੂ ਨਾਨਕ ਸਾਹਿਬ ਨੇ ਜਦੋਂ ਇਹਨਾ ਪੜਤਾਂ ਦੀ ਬੇਨਤੀ ਸੁਣੀ ਕੈਵਲ ਦਾ ਉਚਰੇ ਸ਼ੁਭ ਬੈਨਾ ਕੈਵਲ ਦੇਣ ਵਾਲੇ ਮੁਕਤੀ ਦੇਣ ਵਾਲੇ ਅੰਮ੍ਰਿਤ ਵਚਨ ਗੁਰੂ ਨਾਨਕ ਸਾਹਿਬ ਜੀ ਬੋਲੇ ਕਹਿਣ ਲੱਗੇ ਸਤਨਾਮ ਕੋ ਕੀ ਜੇ ਜਾਪੂ ਮਹਾਰਾਜ ਜੀ ਕਹਿਣ ਲੱਗੇ ਜਦੋਂ ਸ਼ਰਨ ਆ ਗਏ ਸਿੱਖ ਬਣ ਕੇ ਸਤਗੁਰਾਂ ਦੇ ਜਿਨਨੇ ਪੰਡਤ ਸੀ ਮਹਾਰਾਜ ਜੀ ਦੇ ਸੇਵਕ ਹੋ ਗਏ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਉਚਾਰਿਆ ਆਖਿਆ ਨਿਤ ਜਪਿਆ ਕਰੋ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹੀ ਗੁਰੂ ਸਤ ਨਾਮ ਵਾਹੀ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਨਿਤ ਜਪਿਆ ਕਰੋ ਭਾਈ ਇਸ ਪਾਵਨ ਅੰਮ੍ਰਿਤ ਨਾਮ ਦੀ ਕਮਾਈ ਕਰੋ ਤੁਮਰੇ ਨਾਸੇ ਤੀਨੋਂ ਤਾਪੂ ਜਦ ਉਸ ਨਾਮ ਨੂੰ ਜਪੋਗੇ ਤੁਹਾਡੇ ਤਿੰਨਾਂ ਤਾਪਾਂ ਦਾ ਨਾਸ਼ ਹੋਵੇਗਾ ਤੀਨੇ ਤਾਪ ਨਿਵਾਰਨ ਹਾਰਾ ਹੈ ਇਹ ਅਮਰਤ ਨਾਮ ਜਦੋਂ ਇਸ ਨੂੰ ਜਪੋਗੇ ਇਸ ਨੂੰ ਜਪ ਕੇ ਆਧੀਆਂ ਬਿਆਧੀਆਂ ਉਪਾਤ ਗਿਆਏ ਤਿੰਨੇ ਹੀ ਤਾਪਨਾਸ਼ ਹੋ ਜਾਣਗੇ ਨਾਉ ਤਰੀਕ ਭਏ ਸਿੱਖ ਸੋਏ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਮ ਲੈ ਕੇ ਨਾਮ ਤਰੀਕ ਸਿੱਖ ਹੋ ਗਏ ਸਤਿਗੁਰਾਂ ਦੇ ਗੁਰ ਗੁਰ ਜਾਪ ਜਪੇ ਭ੍ਰਮ ਖੋਏ ਇਹ ਪੰਡਤ ਵੀ ਹੁਣ ਜਾਪ ਜਪਣ ਲੱਗੇ ਵਾਹਿਗੁਰੂ 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 ਗੁਰੂ ਗੁਰੂ ਜਪ ਕੇ ਇਹਨਾਂ ਦੇ ਅੰਦਰ ਬਾਰਸ ਜਿ ਰਹਿ ਕੇ ਇੱਥੇ ਡੇਰਾ ਕੀਤਾ ਇੱਥੇ ਹੀ ਨਿਵਾਸ ਕੀਤਾ ਪੁਨ ਗਮਨੇ ਉਪਕਾਰ ਵਿਚਰ ਕੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਪਕਾਰ ਵਿਚਰ ਕੇ ਯਾਨੀ ਕਿ ਹੋਰ ਜੀਵਾਂ ਤੇ ਉਪਕਾਰ ਕਰਨਾ ਸੀ ਤੋਂ ਬਨਾਰਸ ਤੋਂ ਸਤਿਗੁਰੂ ਜੀ ਚੱਲ ਪਏ ਉਹ ਚੰਗ ਛੰਦ ਨਮੋ ਚੰਡੀ ਕਾ ਕਾਲ ਕਾ ਬਾਕਬਾਨੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਬੇਅੰਤ ਸ਼ਕਤੀਆਂ ਦਾ ਮਾਲਕ ਹੈ ਅਕਾਲ ਪੁਰਖ ਦੀ ਸ਼ਕਤੀ ਜਿਸ ਸ਼ਕਤੀ ਸਹਿਤ ਪਰਮੇਸ਼ਰ ਸ੍ਰਿਸ਼ਟੀ ਦੀ ਸਿਰਜਣਾ ਕਰਦਾ ਹੈ ਸ਼ਿਵ ਸਖਤ ਆਪ ਪਾਏ ਕੈ ਕਰਤਾ ਆਪੇ ਹੁਕਮ ਵਰਤਾਏ ਪਾਰਬ੍ਰਮ ਪਰਮੇਸ਼ਰ ਅਕਾਲ ਪੁਰਖ ਆਪਣੀ ਸ਼ਕਤੀ ਸਹਿਤ ਸੰਸਾਰ ਦੀ ਰਚਨਾ ਕਰਦਾ ਹੈ ਪਰਮੇਸ਼ਰ ਦੀ ਸ਼ਕਤੀ ਪਰਮੇਸ਼ਰ ਤੋਂ ਵੱਖਰੀ ਨਹੀਂ ਹੈ ਇਸ ਕਰਕੇ ਪਾਰਬ੍ਰਮ ਪਰਮੇਸ਼ਰ ਨੂੰ ਸ਼ਕਤੀ ਰੂਪ ਜਾਣ ਕੇ ਅਰਾਧਨਾ ਕਰਦੇ ਨੇ ਮਹਾਕਵੀ ਜੀ ਮਹਾਰਾਜ ਤੁਹਾਨੂੰ ਨਮਸਕਾਰ ਹੈ ਹੇ ਰਸਨਾ ਤੇ ਬੋਲਣ ਵਾਲੇ ਸਾਹਿਬ ਜੀ ਤੁਹਾਨੂੰ ਸਾਡੀ ਨਮਸਕਾਰ ਹੈ ਬਿਗਨਾਂ ਹਰੰਤੀ ਸਦਾ ਬੁੱਧਦਾਨੀ ਏ ਅਕਾਲ ਪੁਰਖ ਜੀ ਤੁਹਾਡੀ ਸ਼ਕਤੀ ਸਾਰੇ ਬਿਗਨਾਂ ਨੂੰ ਦੂਰ ਕਰਨ ਵਾਲੀ ਹੈ ਸਦਾ ਸੱਦ ਬੁੱਧੀ ਪ੍ਰਦਾਨ ਕਰਨ ਵਾਲੀ ਹੈ ਕਰੋ ਦਾਤ ਮਾਤਾ ਮੁਝੇ ਦਾਸ ਜਾਨੋ ਏ ਅਕਾਲ ਪੁਰਖ ਜੀਓ ਕਿਰਪਾ ਕਰੋ ਏ ਅਕਾਲ ਪੁਰਖ ਦੀ ਪ੍ਰਚੰਡ ਸ਼ਕਤੀ ਤੂੰ ਮੇਰੇ ਲਈ ਮਾਤਾ ਰੂਪ ਵੀ ਹੈ ਪਰਮੇਸ਼ਰ ਨੂੰ ਮਾਤਾ ਰੂਪ ਕਰਕੇ ਵੀ ਅਰਧਿਆ ਨਾ ਸਤਗੁਰਾਂ ਨੇ ਜਿੱਥੇ ਪਿਤਾ ਰੂਪ ਕਰਕੇ ਕਿਹਾ ਉੱਥੇ ਮਾਤਾ ਰੂਪ ਕਰਕੇ ਅਕਾਲ ਪੁਰਖ ਨੂੰ ਕਹਿ ਰਹੇ ਨੇ ਏ ਅਕਾਲ ਪੁਰਖ ਤੂੰ ਮੇਰੀ ਮਾਂ ਹੈ ਮੇਰੇ ਤੇ ਕਿਰਪਾ ਕਰਕੇ ਮੇਰੀ ਪਾਲਣਾ ਕਰ ਜਿਵੇਂ ਮਾਂ ਨੀ ਪੁੱਤ ਨੂੰ ਪਾਲਦੀ ਇਸੇ ਤਰ੍ਹਾਂ ਤੂੰ ਹੇ ਵਾਹਿਗੁਰੂ ਮੈਨੂੰ ਆਪਣਾ ਦਾਸ ਜਾਣ ਕੇ ਪਾਲਣਾ ਕਰ ਸੁਚੰਦੰ ਗੁਰੂ ਕੀ ਕਥਾ ਹੋਂ ਬਖਾਣਾ ਮੈਨੂੰ ਇਹ ਦਾਨ ਦੇ ਕਿ ਮੈਂ ਗੁਰੂ ਨਾਨਕ ਸਾਹਿਬ ਦੀਆਂ ਸਿਫਤਾਂ ਲਿਖ ਸਕਾਂ ਮਾ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹੇ ਅਕਾਲ ਪੁਰਖ ਮੈਨੂੰ ਇਹ ਦਾਨ ਦੇ ਕਿ ਮੈਂ ਗੁਰੂ ਨਾਨਕ ਸਾਹਿਬ ਦੇ ਸੋਹਣੇ ਛੰਦ ਲਿਖ ਸਕਾਂ ਉਹਨਾਂ ਦੀਆਂ ਵਡਿਆਈਆਂ ਲਿਖ ਸਕਾਂ ਉਹਨਾਂ ਦੀ ਸੋਭਾ ਲਿਖ ਸਕਾਂ ਉਹ ਮਾ ਕਵੀ ਜੀ ਗੁਰੂ ਸਾਹਿਬ ਦੀ ਕਥਾ ਲਿਖ ਰਹੇ ਨੇ ਪਾਤਸ਼ਾਹ ਚਲਦਿਆਂ ਚਲਦਿਆਂ ਜਗਨਨਾਥ ਪੁਰੀ ਪਹੁੰਚੇ ਨੇ ਜਿੱਥੇ ਗੁਰਦੇਵ ਨੇ ਆਪਣੀ ਰਸਨਾ ਤੋਂ ਆਰਤੀ ਦਾ ਸ਼ਬਦ ਉਚਾਰਨ ਕੀਤਾ ਉਹ ਕਥਾ ਆਪ ਜੀ ਅਗਲਿਆਂ ਪਰਸੰਨਾਂ ਚ ਸਰਵਣ ਕਰੋਗੇ ਗੁਰੂ ਪਾਤਸ਼ਾਹ ਦਾ ਜਸ ਕਥਨ ਕਰਦੇ ਹਾਂ ਉਈਆਂ ਭੁੱਲਾਂ ਚੁੱਕਾਂ ਦੇ ਖਿਮਾ ਕਰਨੀ ਅਰਦਾਸ ਕਰਨੀ ਸਤਿਗੁਰੂ ਜੀ ਅਗਾਂ ਵਾਸਤੇ ਸਤਿ ਬੁੱਧੀ ਤੇ ਸਮਤ ਪ੍ਰਦਾਨ ਕਰਨ ਸਾਧ ਸੰਗਤ ਜੀ ਬੇਨਤੀ ਹੈ 21 April ਨੂੰ ਜਗਤ ਗੁਰੂ ਤਿਲਕ ਤੇ ਜੰਜੂ ਦੇ ਰਾਖੇ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜਾ ਹੈ ਜਿਸ ਦੇ ਸਬੰਧ ਵਿੱਚ 20 April ਨੂੰ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਜੀ ਪਾਤਸ਼ਾਹੀ 9ਵੀਂ ਤੋਂ ਸਵੇਰੇ 11 ਵਜੇ ਨਗਰ ਕੀਰਤਨ ਆਰੰਭ ਹੋਣਗੇ। ਸ਼ਹਿਰ ਦੇ ਬਾਜ਼ਾਰਾਂ 'ਚੋਂ ਨਗਰ ਕੀਰਤਨ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਨਗਰ ਕੀਰਤਨ ਦੀ ਸਮਾਪਤੀ ਹੋਵੇਗੀ। 21 ਤਰੀਕ ਨੂੰ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਸਵੇਰ ਦੇ ਔਰ ਰਾਤ ਦੇ ਦੀਵਾਨ ਸਜਣਗੇ। ਆਪ ਜੀ ਨੇ ਸਾਰਿਆਂ ਸਮਾਗਮਾਂ ਵਿੱਚ ਹਾਜ਼ਰੀਆਂ ਭਰਦੀਆਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਲੈਣੀਆਂ ਜੀ ਵਾਹਿਗੁਰੂ 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 ਤਤ ਹੈ ਪਰ ਬ੍ਰਹਮ ਬਨਾਸੀ ਅਗਨਾਸ ਹੈ ਪੁਰਨ ਹੈ ਸਰਬਮੈ ਤੁਹਾਂ ਜਨਮੁ ਨਤਾਸ ਹੈ ਸੰਗੀ ਹੈ ਨਿਰੰਕਾਰ ਹੈ ਦਿਰਗੁਣ ਸਵਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਹੈ ਅਪਰੰਪਰ ਹਰ ਹਰੇ हे संत कह सदा संग हे ठाकुर हूं दास रो निरगुण गुण नहीं कोई नानक दीज नाम दान खोई है परो आए प्रभु शरणागति एक अक्षर हर मन बस्त ਵਾਹਿਗੁਰੂ ਨਾਮ ਜਹਾਜ ਹੈ ਜੜੀ ਸੂਤਿਰੇ ਪਾਰੇ ਜੋ ਸਰਦਾ ਕਰ ਸੇਵੰਦੇ ਪਰਿਪਾਰੇ ਉਤਾਰਨਿਆ ਵਾਹਿਗੁਰੂ ਨਾਮ ਜਹਾਜ ਹੈ ਜੜੀ ਸੂਤਿਰੇ ਪਾਰੇ ਜੋ ਸਰਦਾ ਕਰ ਸੇਵੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ